ਸਵਾਗਤ ਜੀ ਤੁਹਾਡਾ ਇੱਕ ਵਾਰਾਂ ਫਿਰ ਤੋਂ ਤੁਸੀਂ ਦੇਖ ਰਹੇ ਹੋ ਪ੍ਰਾਈਮੇਸ਼ੀਆ ਟੀਵੀ ਮੈਂ ਗੁਰਪ੍ਰੀਤ ਸਿੰਘ ਸੰਧਵਾਲੀਆ ਤੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਅੱਜ ਆਪਾਂ ਫੇਰ ਕੁਝ ਐਸੀਆਂ ਗੱਲਾਂ ਬਾਤਾਂ ਕਰਨੀਆਂ ਨੇ ਜਿਹੜੀਆਂ ਗੱਲਾਂ ਬਾਤਾਂ ਆਪਾਂ ਇਧਰੋਂ ਉਧਰੋਂ ਸੁਣਦੇ ਆ ਤੇ ਕਈ ਵਾਰ ਆਪਾਂ ਨੂੰ ਸਿਆਣੇ ਕਹਿ ਦਿੰਦੇ ਆ ਜਾਂ ਪਰਿਵਾਰ ਤੋਂ ਕਈ ਕੀ ਕਹਿੰਦੇ ਵੀ ਨਹੀਂ ਵੀ ਇਨ੍ਹਾਂ ਗੱਲਾਂ ਦੇ ਉੱਪਰ ਯਕੀਨ ਕਰਨਾ ਚਾਹੀਦਾ ਲੈ ਐਵੇਂ ਥੋੜਾ ਬਣਿਆ ਨੇ ਫਲਾਨੀ ਚੀਜ਼ ਦਾ ਖਿਆਲ ਰੱਖ ਲੋ ਐਂ ਬਹੁਤਾ ਕਰਕੇ ਇਹ ਚੀਜ਼ਾਂ ਉਦੋਂ ਹੁੰਦੀਆਂ ਨੇ ਜਦੋਂ ਆਪਣੇ ਜਾਂ ਤਾਂ ਕੋਈ ਦਿਨ ਸੁਧ ਹੋਵੇ ਜਾਂ ਫਿਰ ਬੰਦਾ ਕਿਤੇ ਐਸਾ ਕਸੂਤਾ ਫਸਿਆ ਹੋਵੇ ਕਿ ਉਹਨੂੰ ਰਾਹ ਨਾ ਲੱਭਦਾ ਹੋਵੇ ਤੇ ਉਸ ਦਲਦਲ ਚ ਜਾ ਫਸਦਾ ਜਿੱਥੋਂ ਨਿਕਲਦਾ ਕੋਈ ਰਾਹ ਨਹੀਂ ਇਹਦੇ ਨਾਲ ਸਾਰੀਆਂ ਗੱਲਾਂ ਬਾਤਾਂ ਨੂੰ ਅੱਜ ਸਮਝਣ ਦੇ ਲਈ ਆਪਾਂ ਸਟੂਡੀਓ ਦੇ ਵਿੱਚ ਸਦਾ ਦਿੱਤਾ ਸੁਰਜੀਤ ਔਦਰ ਹੋਰਾਂ ਨੂੰ ਜਿਹੜੇ ਕਿ ਤਰਖੀਲ ਸੁਸਾਇਟੀ ਨਾਲ ਜੁੜੇ ਹੋਏ ਦੇ ਕੁਦਰਤੀ ਕੈਨੇਡਾ ਚ ਆਏ ਸੀ ਤੇ ਆਪਾਂ ਨੂੰ ਆਪਾਂ ਲਾਹਾ ਲੈ ਲਿਆ ਔਦਰ ਸਾਹਿਬ ਬਹੁਤ ਧੰਨਵਾਦ ਤੁਹਾਡਾ ਸਮਾਂ ਦੇਣ ਲਈ ਬਹੁਤ ਧੰਨਵਾਦ ਜੀ ਸੰਧਵਾਲਗਾ ਸਾਹਿਬ ਪ੍ਰਾਈਮੇਸ਼ੀਆ ਦੀ ਸਮੁੱਚੀ ਟੀਮ ਦਾ ਤੇ ਤੁਹਾਡੇ ਦਰਸ਼ਕ ਸਾਥੀਆਂ ਨੂੰ ਮਿਲਾਉਣ ਦਾ ਬਹੁਤ ਧੰਨਵਾਦ ਔਦਰ ਸਾਹਿਬ ਗੱਲ ਇਹ ਆ ਕਿ ਵੀ ਤੁਸੀਂ ਬੜੇ ਲੰਮੇ ਸਮੇਂ ਤੋਂ ਇਸ ਸੋਸਾਇਟੀ ਨਾਲ ਜੁੜੇ ਹੋ ਬਹੁਤ ਸਾਰੇ ਕਾਰਜ ਤੁਸੀਂ ਇਸ ਚੀਜ਼ ਨਾਲ ਰਿਲੇਟਡ ਕਰਦੇ ਹੋ ਤੇ ਸਭ ਤੋਂ ਵੱਡੀ ਗੱਲ ਇਹ ਆ ਵੀ ਜਿਹੜਾ ਆਪਾਂ ਨੂੰ ਗਿਆਨ ਤਾਂ ਕਈ ਤਰ੍ਹਾਂ ਦਾ ਹੁੰਦਾ ਕੋਈ ਚਾਹੇ ਪੜ੍ਹਾਈ ਦਾ ਲੈ ਲਵੇ ਕੋਈ ਕਿਤਾਬੀ ਗਿਆਨ ਲੈ ਲਵੇ ਪਰ ਜਿਹੜਾ ਆਮ ਲੋਕਾਚਾਰੀ ਦਾ ਗਿਆਨ ਆ ਜਿਹਦਾ ਕਰਕੇ ਆਪਣੀ ਨਿੱਤ ਪ੍ਰਤੀ ਦੀ ਜ਼ਿੰਦਗੀ ਦੇ ਵਿੱਚ ਕਈ ਵਾਰਾਂ ਕਈ ਔਕੜਾਂ ਆ ਜਾਂਦੀਆਂ ਜਾਂ ਕਿਸੇ ਵੇਲੇ ਆਪਾਂ ਨੂੰ ਕੋਈ ਹੋਰ ਪਾਸੇ ਉਂਗਲ ਲਾ ਕੇ ਗਲਤ ਪਾਸੇ ਮੋੜਦਾ ਤੁਸੀਂ ਉੱਤੇ ਬਹੁਤ ਸਰਚ ਕੀਤੀ ਚਾਹੇ ਉਹ ਵਹਿਮ ਪਰਮਾਂ ਦੀ ਗੱਲ ਹੋਵੇ ਚਾਹੇ ਉਹ ਜੋਤਿਸ਼ ਨਾਲ ਰਿਲੇਟਡ ਗੱਲਾਂ ਹੋਣ ਚਾਹੇ ਮਾਨਸਿਕ ਬਿਮਾਰੀਆਂ ਹੋਣ ਸਾਧਾ ਉਹ ਮੈਨੂੰ ਆਇਆ ਵੀ ਅੱਜ ਜੰਨਾ ਕ ਸਮਾਂ ਆਪਣੇ ਕੋਲੇ ਹੈਗਾ ਆਪਾਂ ਲੱਗ ਭਾਗੇ ਸਾਰਾ ਹੀ ਖੰਗਾਲ ਓਕੇ ਜੀ ਪਹਿਲਾਂ ਜੀ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਕਰਨਾ ਚਾਹਾਂ ਤੇ ਉਹ ਇਹ ਹੈ ਕਿ ਵੀ ਇੱਧਰ ਵੀ ਇਹ ਚੀਜ਼ ਹੈਗੀ ਆ ਵੀ ਉਹਨਾ ਪੁੱਤ ਫਲਾਣੇ ਵਾਰ ਦਾ ਥੋੜਾ ਜਾ ਕਰ ਲਈਦਾ ਹਾਂਜੀ ਹਾਂਜੀ ਤੇ ਆ ਨਾ ਇਦਾਂ ਇਦਾਂ ਨਹੀਂ ਕਰੀਦਾ ਉਹ ਫਿਰ ਬੁਰਾ ਮਨਾਉਂਦੇ ਆ ਹਾਂਜੀ ਹਾਂਜੀ ਇਹ ਜਿਹੜੇ ਵਿਹਮ ਆਪਣੇ ਚ ਆ ਗਈ ਇਹ ਇਹਨਾਂ ਬਾਰੇ ਥੋੜਾ ਥੋੜਾ ਸਮਝਾਓ ਵੀ ਇਹ ਸ਼ੁਰੂਆਤ ਕਿੱਥੋਂ ਹੋ ਗਈ ਕਾਹਤੋਂ ਦਿਮਾਗ ਚ ਆ ਗਈ ਗੱਲ ਜਾ ਕੇ ਤੇ ਐ ਤਾਂ ਨਹੀਂ ਵੀ ਬਣਿਆ ਤਾਂ ਕੋਈ ਚੀਜ਼ ਭਲੇ ਲਈ ਸੀ ਜੀ ਤੇ ਮੋੜਨ ਵਾਲੇ ਨੇ ਕਿਸੇ ਹੋਰ ਪਾਸੇ ਮੋੜ ਲਈ ਬਿਲਕੁਲ ਬਿਲਕੁਲ ਹਾਂਜੀ ਅਸਲ 'ਚ ਸਾਰੇ ਬਹਿਮਾ ਭਰਮਾਂ ਦਾ ਪਸ਼ੋਕਰ ਤਾਂ ਭਲੇ ਵਾਲਾ ਹੀ ਆ ਹੂੰ ਬੁਰੇ ਵਾਲਾ ਨਹੀਂ ਹੈ ਹੂੰ ਹੂੰ ਅਸਲ 'ਚ ਇਹ ਹੈ ਵੀ ਜਦੋਂ ਅ ਸਰਮਾਇਦਾਰ ਸਿਸਟਮ ਨੂੰ ਜਾਂ ਸਾਡੇ ਪਰਜੀਵੀਆ ਨੂੰ ਹੂੰ ਹੂੰ ਜਿਹੜੇ ਸਾਡੇ ਤੇ ਜਿਉਂਦੇ ਆ ਸਾਨੂੰ ਕਈ ਕਿਸਮ ਦੇ ਪਰਜੀਵੀ ਚੁੰਬੜਦੇ ਆ ਹੈ ਨਹੀਂ ਪਰ ਪਰਜੀਵੀ ਸ਼ਬਦ ਨਵਾਂ ਕੱਟ ਮਾਰਿਆ ਤੁਸੀਂ ਕੀ ਹੋਈ ਸਮਝਾ ਦਿਓ ਪਹਿਲਾਂ ਆ ਇੱਕ ਤਾਂ ਪਰਜੀਵੀ ਇਹ ਹੈ ਵੀ ਜਿਹੜੇ ਸਾਡੇ ਜੂਂ ਪੈਂਦੀ ਆ ਹੂੰ ਜਾਂ ਸਾਡੇ ਕੋਈ ਸਰੀਰ ਦੇ ਉੱਤੇ ਸਬੰਧਤ ਕੁਝ ਇਹੋ ਜਿਹੇ ਕੀੜੇ ਆ ਜਿਹੜੇ ਸਾਡੇ ਸਰੀਰ ਤੋਂ ਲਹੂ ਚੂਸ ਕੇ ਪਾਲਦੇ ਆ ਹੂੰ ਉਹਨਾਂ ਉਹਨਾਂ ਦੀ ਲੋੜ ਸਾਡਾ ਸਰੀਰ ਆ ਜੀ ਉਹਨਾਂ ਨੇ ਸਾਡੇ ਸਰੀਰ ਤੇ ਹੀ ਪਾਲਣਾ ਹੂੰ ਪਰ ਇਸ ਪਰਜੀਵੀਆਂ ਦੇ ਆਧਾਰ ਤੇ ਕੁਝ ਸਾਡੇ ਦਿਮਾਗੀ ਪਰਜੀਵੀ ਵੀ ਪੈਦਾ ਹੋਏ ਆ ਅੱਛਾ ਜਿਹੜੇ ਸਾਡੇ ਦਿਮਾਗ ਦੇ ਕੁਝ ਇਹੋ ਜਿਹੇ ਹਿੱਸਿਆਂ ਨੂੰ ਵਰਤ ਕੇ ਜਿਹੜੇ ਹਿੱਸਿਆਂ ਦਾ ਕੁਝ ਰੋਲ ਇਹੋ ਜਿਹਾ ਹੋਵੇ ਉਹ ਇੰਨਾ ਸੈਂਸਿਟਿਵ ਹੈ ਵਿਉਧੇ ਚ ਜੇ ਕੋਈ ਵੀ ਗਲਤ ਚੀਜ਼ ਮਾੜੀ ਮੋਟੀ ਵੀ ਜਾਂਦੀ ਹੈ ਫੀਡ ਹੁੰਦੀ ਹੈ ਮੈਂ ਇਹ ਧਾਰਨ ਦਵਾਂਗਾ ਇੱਕ ਉਹ ਜੇ ਫੀਡ ਹੁੰਦੀ ਹੈ ਤਾਂ ਉਹ ਸਾਡੀ ਸਾਰੀ ਜ਼ਿੰਦਗੀ ਵਾਸਤੇ ਅਸਰ ਕਰਦੀ ਹੈ ਉਹਦਾ ਇਹ ਲਾਭ ਲੈਂਦੇ ਹਾਂ ਇੱਕ ਪਰਜੀਵੀ ਲੱਗਦੇ ਆ ਸਾਡੀ ਜੇਬ ਨੂੰ ਦਿਮਾਗ ਦੇ ਰਾਹੀਂ ਹੋ ਗਈ ਉਹਨਾਂ ਦਾ ਜਿਹੜਾ ਪਾਲਣਾ ਆਪਾਂ ਰੋਕ ਸਕਦੇ ਆ ਜਿਵੇਂ ਆਪਾਂ ਜੇ ਸਾਡੇ ਜੂੰਆਂ ਪੈਂਦੀਆਂ ਤਾਂ ਅਸੀਂ ਜੂੰਆਂ ਨੂੰ ਸਾਡੇ ਕੋਲੇ ਕੁਝ ਇਹੋ ਜੇ ਢੰਗ ਤਰੀਕੇ ਰਸਾਇਣਿਕ ਵੀ ਹੈਗੇ ਆ ਕੁਝ ਸਾਡੇ ਦੇਸੀ ਢੰਗ ਤਰੀਕੇ ਵੀ ਹੈਗੇ ਜਿਹਦੇ ਨਾਲ ਅਸੀਂ ਉਹਨਾਂ ਨੂੰ ਆਪਦੇ ਪਰਜੀਵੀਆਂ ਨੂੰ ਮਾਰ ਸਕਦੇ ਹਾਂ ਹੂੰ ਹੂੰ ਪਰ ਇਹ ਜਿਹੜੇ ਪਰਜੀਵੀ ਆ ਇਹ ਤੁਹਾਡੇ ਦਿਮਾਗ ਚੋਂ ਤਾਂ ਨਿਕਲਣਗੇ ਜੇ ਤੁਸੀਂ ਆਪਣੀ ਜੇਬ ਸੁਰੱਖਿਤ ਕਰਦੇ ਹੋ। ਅੱਛਾ। ਜੇ ਤੁਸੀਂ ਆਪਣੀ ਜੇਬ ਨਹੀਂ ਸੁਰੱਖਿਤ ਕਰਦੇ ਤੁਹਾਡੇ ਦਿਮਾਗ ਚੋਂ ਨਿਕਲ ਨਹੀਂ ਨਹੀਂ। ਹੂੰ। ਕੋਈ ਵੀ ਦੁਨੀਆ ਦਾ ਰੱਬ ਕੋਈ ਵੀ ਦੁਨੀਆ ਦਾ ਭਗਵਾਨ ਤੁਹਾਡੇ ਕੋਲ ਪੈਸਾ ਸਿੱਧਾ ਨਹੀਂ ਮੰਗਦਾ। ਜੀ। ਜਿਵੇਂ ਆਪਣੇ ਗੁਰਬਾਣੀ ਚਾ ਗੁਰਬਾਣੀ ਪੜ ਲਓ ਤੁਹਾਨੂੰ ਕੋਈ ਨਹੀਂ ਰੋਕਦਾ। ਅਰਥ ਸੁਣ ਲਓ ਤੁਹਾਨੂੰ ਕੋਈ ਨਹੀਂ ਰੋਕਦਾ। ਪਾਠ ਕਰਾਓ ਨਾ ਕਰ ਲਓ ਤੁਹਾਨੂੰ ਕੋਈ ਨਹੀਂ ਰੋਕਦਾ। ਪਰ ਇਹ ਤੁਹਾਨੂੰ ਪਾਠ ਕਰਾਉਣ ਤੇ ਲੈ ਕੇ ਕਰਨ ਦੀ ਬਜਾਏ ਹਮਮ ਕਿਉਂਕਿ ਕਰੋਨ ਨਾਲ ਪਰਜੀਵੀਆਂ ਨੇ ਪੜਨਾ ਜੀ ਜੀ ਤੁਸੀਂ ਉਸ ਪਾਠ ਨੂੰ ਆਪ ਕਰਨ ਦੀ ਬਜਾਏ ਜੇ ਕਿਸੇ ਤੋਂ ਕਰਾਉਣੀ ਹੈ ਤਾਂ ਪਰਜੀਵੀ ਪੜਦੇ ਹਨ ਉਹ ਪਰਜੀਵੀ ਜਿੰਨਾ ਚਿਰ ਤੁਸੀਂ ਹਟਾਉਂਦੇ ਨਹੀਂ ਉਹਨਾਂ ਚਿਰ ਇਹ ਜਿਹੜਾ ਸਾਡਾ ਮਨੁੱਖੀ ਜੀਵਨ ਹੈ ਇਹਦੇ ਚ ਜਿਹੜਾ ਜੀਵ ਨੂੰ ਲੱਗਣ ਵਾਲਾ ਕੱਟਾ ਉਹ ਹਟ ਨਹੀਂ ਸਕਦਾ ਹੁਣ ਮੈਂ ਤੁਹਾਨੂੰ ਦੱਸਦਾ ਫੀਡ ਕਿੱਥੋਂ ਹੁੰਦਾ ਹਮਮ ਸਾਡੇ ਔਰਤ ਇੱਥੇ ਕੈਨੇਡਾ ਦੀ ਮੈਂ ਗੱਲ ਕਰੂੰਗਾ ਭਾਰਤ ਦੀ ਗੱਲ ਵੀ ਕਰਦੇ ਕੈਨੇਡਾ ਦੇ ਵਿੱਚ ਕੋਈ ਬੀਬੀ ਨੂੰ ਬੱਚਾ ਹੋਇਆ ਤੀਜੇ ਦਿਨ ਉਹਨੂੰ ਹਸਪਤਾਲ ਚੋਂ ਛੁੱਟੀ ਮਿਲਦੀ ਆ ਜੀ ਜਿਹੜੇ ਦਿਨ ਉਹਨੂੰ ਛੁੱਟੀ ਮਿਲਣੀ ਆ ਗੱਡੀ ਦੇ ਵਿੱਚ ਸੀਟ ਵੱਖਰੀ ਲੱਗ ਕੇ ਆਉਂਦੀ ਆ ਹੂੰ ਉਹਨੂੰ ਤੁਸੀਂ ਝੋਲੇ ਚ ਨਹੀਂ ਲੈ ਕੇ ਬੱਚੇ ਨੂੰ ਬੈਠ ਸਕਦੇ ਉਹਨੂੰ ਤਿੰਨਾਂ ਦਿਨਾਂ ਦੇ ਜੋ ਆਖ ਨੂੰ ਤੁਸੀਂ ਜ਼ਿੰਮੇਵਾਰ ਬਣਾਤਾ ਜੀ ਸਾਰੀ ਉਮਰ ਵਾਸਤੇ ਉਹ ਗੱਡੀਆਂ ਚ ਬੈਠਾ ਕਦੇ ਉਹਨੇ ਰੋਲਾ ਨਹੀਂ ਪਾਇਆ ਮੈਨੂੰ ਬੁਕਲ ਚ ਪਾਓ ਪਹਿਲੇ ਪਹਿਲਾ ਉਹ ਬੈਂਦਾ ਵੀ ਬੈਕ ਕਰਕੇ ਆਪਦੀ ਮੰਮੀ ਅਨੇ ਨੂੰ ਮੂਮ ਨਹੀਂ ਹੁੰਦਾ ਵੀ ਉਹਦੀ ਮੰਮੀ ਦੱਸਦੀ ਹੁੰਦੀ ਆ ਹੂੰ ਆਪਾਂ ਨੂੰ ਪਤਾ ਨਹੀਂ ਇੱਥੇ ਕੱਲੀਆਂ ਔਰਤਾਂ ਆਮ ਕਰਕੇ ਲੈ ਕੇ ਜਾਂਦੀਆਂ ਜੀ ਬੈਕ ਉਹਦੀ ਆਪਦੀ ਮਾਂ ਬੰਨੀ ਨੂੰ ਹੁੰਦੀ ਔਰ ਉਹਦਾ ਫੇਰ ਨਹੀਂ ਤੇ ਸਾਡੇ 10 ਸਾਲਾਂ ਦਾ ਜੋ ਆ ਕੋਈ ਲਿਟਿਆ ਪਿਆ ਹੁੰਦਾ ਸੜਕ ਤੇ ਵੀ ਮੈਨੂੰ ਮੋਢਿਆਂ ਤੇ ਚੌਕ ਰੌਲਾ ਕੀ ਆ ਵੀ ਅਸੀਂ ਜ਼ਿੰਮੇਵਾਰ ਜਦੋਂ ਤੋਂ ਬਣਾਉਣਾ ਸੀ ਹੂੰ ਅਸੀਂ ਉਦੋਂ ਤੋਂ ਉਹਨੂੰ ਜ਼ਿੰਮੇਵਾਰ ਨਹੀਂ ਬਣਾਇਆ ਜੀ ਇਸੇ ਤਰ੍ਹਾਂ ਸਾਡੀਆਂ ਪਛਾਵਾਂ ਦਾ ਮਸਲਾ ਹੂੰ ਇੱਕ ਕੋਈ ਭਾਸ਼ਾ ਬੋਲਦਾ ਨਾ ਭਾਸ਼ਾ ਬੋਲਣ ਵਾਲਾ ਕੋਈ ਅਧਿਆਪਕ 100 ਨੂੰ 100 ਕਹਿਣ ਲੱਗ ਜੇ ਹੂੰ ਪਮਾ ਤੁਸੀਂ 10 ਅਧਿਆਪਕ ਪੰਜਾਬੀ ਦੇ ਉਹਨੂੰ 100 ਕਹਾਉਣ ਤੇ ਲਵਾ ਦੋ ਉਹਨੂੰ ਕਹਾ ਨਹੀਂ ਸਕਦੇ ਜੀ ਕਾਰਨ ਕੀ ਹੈ ਵੀ ਉਹਨੇ ਆਵਾਜ਼ ਆਪਦੀ ਮਾਂ ਪਿਓ ਤੋਂ ਉਦੋਂ ਸੁਣੀ ਨਹੀਂ ਜਦੋਂ ਉਹਦੀ ਸੁਣ ਕੇ ਉਹਨੇ ਫੀਟ ਕਰਨੀ ਸੀ ਹੂੰ ਉਦੋਂ ਸੁਣੀ ਹੋਈ ਨਹੀਂ ਜੀ ਇਸੇ ਕਰਕੇ ਜਿਹੜੇ ਨਵੇਂ ਬੱਚੇ ਜਨਮਦੇ ਆ ਮੈਂ ਸਾਰੇ ਦਰਸ਼ਕਾਂ ਨੂੰ ਵੀ ਸਮੋਦਨ ਕਰਕੇ ਗੱਲ ਕਹੂੰਗਾ ਨਵੇਂ ਬੱਤਿਆਂ ਕੋਲੇ ਨਾਣੇ ਦੀਆਂ ਆਵਾਜ਼ਾਂ ਜਿਵੇਂ ਪਾਣੀ ਕਈ ਕਹਿੰਦੇ ਆ ਨਾਣੀ ਦੀ ਆਵਾਜ਼ ਨਹੀਂ ਕੱਢਦੇ ਹੰ ਅੰਗੰਗੇ ਦੀਆਂ ਅੰਗੰਗੇ ਦੀਆਂ ਸਾਡੇ ਜਿਹੜੇ ਛੁੱਟਣ ਵਾਲੇ ਅੱਖਰ ਆ ਇਸੇ ਤਰ੍ਹਾਂ ਔ ਦੀਆਂ ਇਹ ਆਵਾਜ਼ਾਂ ਉਹਦੇ ਕੋਲੇ ਵੱਧ ਤੋਂ ਵੱਧ ਕੱਢਣੀਆਂ ਚਾਹੀਦੀਆਂ ਤਾਂ ਕਿ ਉਹ ਆਵਾਜ਼ਾਂ ਸਾਤੋਂ ਬਿਸਰ ਨਾ ਜਾਣ। ਹਮ ਹਮ ਇੱਕ ਮੈਂ ਗੱਲ ਹੋਰ ਇੱਥੇ ਕਰੂੰਗਾ ਕਿਉਂਕਿ ਇੱਥੇ ਆ ਕੇ ਮੈਂ ਦੇਖਿਆ ਬਈ ਪੰਜਾਬੀ ਪਰਿਵਾਰਾਂ 'ਚ ਜਿਹੜੇ ਚਿਰਦੇ ਆਏ ਆ ਮੈਂ ਗਿਆ ਤੇ ਉਹਨਾਂ ਪੰਜਾਬੀ ਪਰਿਵਾਰਾਂ 'ਚ ਬੱਚੇ ਪੰਜਾਬੀ ਭੁੱਲਦੇ ਜਾਂਦੇ ਆ। ਹਮ ਹਮ ਅਸੀਂ ਪੰਜਾਬੀ ਕੱਲੀ ਨਹੀਂ ਭੁੱਲਦੇ ਸੰਦਾਸ ਵਾਲੀਏ ਸਾਹਿਬ ਪੰਜਾਬੀ ਦੇ ਨਾਲ 10 ਪਛਾਵਾਂ ਜੁੜੀਆਂ ਹੋਈਆਂ ਅਸੀਂ 10 ਭੁੱਲ ਰਹੇ ਹਮ ਹਮ ਮੈਂ ਉਹਨਾਂ ਮਾਪਿਆਂ ਨੂੰ ਤੇ ਉਹਨਾਂ ਦਾਦਾ-ਦਾਦੀਆਂ ਨੂੰ ਨਾਨਾ-ਨਾਨੀਆਂ ਨੂੰ ਸੁਚੇਤ ਕਰਨਾ ਇਸ ਗੱਲ 'ਤੇ ਚਾਹੂੰਗਾ। ਵਿਦੇਤਾ 10 ਪਛਾਵਾਂ ਉਹਨਾਂ ਨੂੰ ਜਾਣਕਾਰੀ ਕਿਉਂਕਿ ਕਸ਼ਮੀਰੀ ਵੀ ਉਹਦੇ ਨਾਲ ਜੁੜੀ ਵੀ ਆ ਡੋਗਰੀ ਵੀ ਉਹਦੇ ਨਾਲ ਜੁੜੀ ਵੀ ਆ ਹਿੰਦੀ ਵੀ ਉਹਦੇ ਨਾਲ ਜੁੜੀ ਵੀ ਆ ਗਜਰਾਤੀ ਵੀ ਉਹਦੇ ਨਾਲ ਜੁੜੀ ਵੀ ਆ ਬਹੁਤੀਆਂ ਭਾਰਤੀ ਸਾਰੀਆਂ ਪਛਾਵਾਂ ਤਕਰੀਬਨ ਜੇ ਤੁਸੀਂ ਕੱਲੀ ਪੰਜਾਬੀ ਵੀ ਉਹਨੂੰ ਉਹਦੀ ਜਿਉਂਦੀ ਰੱਖਦੇ ਆ ਤਾਂ 10 ਪਛਾਵਾਂ ਜਿਉਂਦੀਆਂ ਰੱਖੂਗਾ ਇੱਕ ਪਾਸੇ ਇੱਥੇ 11 ਪਛਾਵਾਂ ਦੇ ਗਿਆਨ ਵਾਲਾ ਬੱਚਾ ਬੈਠਾ ਹੋ ਇੱਕ ਪਾਸੇ ਕੱਲਾ ਇੰਗਲਿਸ਼ ਵਾਲਾ ਬੱਚਾ ਬੈਠਾ ਹੋਊ ਅਸੀਂ ਇੰਗਲਿਸ਼ ਵਾਲੇ ਨੂੰ ਤਰਦੀਰ ਦਿੰਦੇ ਆ ਉਹ 10% ਭਲਾਉਣ ਦੀ ਕੋਸ਼ਿਸ਼ ਕਰਦੇ ਆ ਉਹਨਾਂ ਨੂੰ ਭੁਲਾਈਏ ਨਾ ਕਿਉਂਕਿ ਉਹਨਾਂ ਦਾ ਬੋਲਬਾਲਾ ਸਾਡੀ ਇੱਥੇ ਗਿਣਤੀ ਵਧ ਰਹੀ ਹੈ ਬੋਲਬਾਲਾ ਉਹਨਾਂ ਦਾ ਆਉਣ ਵਾਲੇ ਸਮੇਂ ਤੇ ਵਧਣਾ ਹੈ ਜੀ ਅਸੀਂ ਆਪਾਂ ਹੁਣ ਦੁਬਾਰਾ ਫੇਰ ਉੱਥੇ ਹੀ ਆ ਜੀ ਭੀ ਇਹ ਤਾਂ ਉਹ ਗੱਲਾਂ ਹੋ ਗਈਆਂ ਜਿਹੜੀਆਂ ਭੁਹਿਖ ਦੀ ਫਿਕਰ ਦੀ ਹਾਂਜੀ 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 ਤੇ ਬਹੁਤਾ ਕਰਕੇ ਆਪਾਂ ਨੂੰ ਜਾਂ ਕਹੋ ਪਰਿਵਾਰ ਦੇ ਮੈਂਬਰਾਂ ਨੂੰ ਰਸਿਆ ਜੇ ਉਹ ਪਏ ਹੋਏ ਜਿਹੜੇ ਦਹਾਕਿਆਂ ਤੋਂ ਪਤਾ ਨਹੀਂ ਸਦੀਆਂ ਤੋਂ ਚੱਲਦੇ ਆਉਂਦੇ ਭੀ ਹਾਂ ਉਹ ਗੱਲ ਇਹ ਆ ਭੀ ਦਸ਼ਕ ਨਹੀਂ ਤੇ ਬਾਦਸ਼ਗ ਨਹੀਂ ਹੋਈ ਵੀ ਕੀ ਵੀ ਕੁਛ ਨਹੀਂ ਅਜੇ ਗਏ ਹਾਂ ਤੇ ਆਵਾਜ਼ ਮਾਰਦੀ ਉਹ ਪਿੱਛੋਂ ਤੇ ਉਹਨੇ ਛੇਕ ਮਾਰਦੀ ਉਹ ਤੇ ਫਲਾਨੇ ਨੇ ਝਾੜੂ ਖੜਾ ਕਰਤਾ ਹੀ ਇਹਨਾਂ ਵਹਿਮਾਂ ਨੂੰ ਥੋੜਾ ਥੋੜਾ ਸਮਝਾਓ ਵੀ ਇਹਨਾਂ ਦੀ ਸ਼ੁਰੂਆਤ ਕਿੱਦਾਂ ਹੋ ਗਈ ਤੇ ਫਿਰ ਉਦੋਂ ਬਾਅਦ ਆਪਾਂ ਨੂੰ ਕਿਵੇਂ ਬਣਾ ਲਿਆ ਅਸਲ 'ਚ ਜਿਹੜਾ ਬਾਜ ਮਾਰਨ ਵਾਲਾ ਵਹਿਮ ਹੈ ਪਿੱਛੋਂ ਹੂੰ ਜਦੋਂ ਕੋਈ ਰਾਹੀ ਤੁਰਦਾ ਐਲੀ ਗੱਲ ਤਾਂ ਉਦੋਂ ਤੁਰ ਕੇ ਜਾਂਦੇ ਸੀ ਸਾਰੇ ਹੂੰ ਤੁਰਨ ਵੇਲੇ ਵੀ ਪੌਣ ਦਾ ਵਹਿਮ ਕਿਉਂ ਕੀਤਾ ਜਾਂਦਾ ਸੀ ਵੀ ਪੌਣੇ 'ਚ ਨਹੀਂ ਤੁਰਨਾ ਅਸਲ 'ਚ ਉਹ ਸੀ ਪੌਣਾ ਦੇਣ ਹੂੰ ਪਉ ਘੰਟੇ ਸਮੇਂ ਦਾ ਮਿੰਟ ਦਾ ਨਹੀਂ ਸੀ ਕਿਉਂਕਿ ਘੜੀਆਂ ਤਾਂ ਹੁੰਦੀਆਂ ਹੀ ਨਹੀਂ ਸੀ ਹੂੰ ਹੂੰ ਪੌਣਾ ਦਿਨ ਹੁੰਦਾ ਸੀ ਵੀ ਮਗਰਲੇ ਪੱਖ ਚ ਉਹਨੂੰ ਤੋੜਨਾ ਨਹੀਂ ਕਿਉਂਕਿ ਰਾਹ 'ਚ ਜੰਗਲ ਆ ਰਾਹ 'ਚ ਦੂਜੇ ਪਿੰਡਾਂ 'ਚ ਉਹਨੇ ਜਾਣਾ ਕੱਚੇ ਰਸਤੇ ਆ ਜਾਨਵਰ ਵੀ ਆ ਉੱਥੇ ਰਹਿੰਦੇ ਵੀ ਉਹ ਕੋਈ ਵੀ ਨੁਕਸਾਨ ਕਰ ਸਕਦਾ ਉਹ ਦਿਨੇ-ਦਿਨੇ ਆਪਦੇ ਘਰ ਪਹੁੰਚ ਜੀ ਇੱਕ ਮਸਲਾ ਤਾਂ ਇਹ ਹੋ ਗਿਆ ਹੁਣ ਉਹਨੂੰ ਆਵਾਜ਼ ਮਾਰਨ ਦਾ ਮਸਲਾ ਵੀ ਉਹ ਕੋਈ 10 20 50 ਕਰਮਾਂ ਗਿਆ ਆਪਾਂ ਉਹਨੂੰ ਆਵਾਜ਼ ਮਾਰਦੇ ਆ ਉਹਦਾ ਉਸ ਸਮਾਂ ਉਹਦਾ ਅੱਧਾ ਪੌਣਾ ਘੰਟਾ ਖਰਾਬ ਕਰਕੇ ਜੇ ਉਹ ਅੱਧਾ ਪੌਣਾ ਘੰਟਾ ਘਰੇ ਲੇਟ ਪਹੁੰਚਦਾ ਜਾਂ ਹਨੇਰਾ ਹੁੰਦਾ ਤਾਂ ਉਸ ਨੂੰ ਧਿਆਨ ਰੱਖ ਕੇ ਉਸ ਗੱਲ ਨੂੰ ਰੱਖਿਆ ਗਿਆ ਸੀ ਤੇ ਹੁਣ ਅਸੀਂ ਵਹਿਮ ਬਣਾ ਲਿਆ ਇਹਨੂੰ ਹੁਣ ਤਾਂ ਜਦੋਂ ਕੰਡਕਟ ਬੱਸ ਖੜੀ ਹੁੰਦੀ ਐ ਏਡੇ 'ਚ 10 ਸਵਾਰੀਆਂ ਮਗਰੋਂ ਬਾਜਾਂ ਮਾਰੀ ਜਾਂਦੀਆਂ ਹੁੰਦੀਆਂ ਰੁਕ ਜਾ ਭਾਈ ਰੁਕ ਜਾ ਫੇਰ ਤਾਂ ਸਾਰਿਆਂ ਦਾ ਕੰਮ ਹੀ ਨਹੀਂ ਬਣਨਾ ਆ ਗੱਲ ਠੀਕ ਹੈ ਫੇਰ ਤਾਂ ਸਭ ਦਾ ਹੀ ਨਹੀਂ ਬਣਨਾ ਬਿਲਕੁਲ ਸਹੀ ਤੇ ਇਹਦੇ ਨਾਲ ਰਿਲੇਟਡ ਹੋਰ ਕਿਹੜੇ ਕਿਹੜੇ ਜਿਹੜੇ ਵਹਿਮ ਆ ਤੁਸੀਂ ਤੁਹਾਡੇ ਧਿਆਨ ਚ ਹੁਣ ਵੀ ਆ ਆ ਲੋਕ ਕਰਦੇ ਆ ਉਹਦੇ ਨਾਲ ਪਿੱਛੇ ਪਿਛੋਕੜ ਜਿਹੜਾ ਆਾ ਜੁੜਿਆ ਹਾਂ ਬਿਲਕੁਲ ਅੱਛਾ ਮੈਂ ਨજર ਦੇ ਵਹਿਮ ਦੀ ਇੱਕ ਗੱਲ ਕਰੂੰਗਾ ਉਹਦੇ ਨਾਲ ਨਾ ਦੋ ਤਿੰਨ ਗੱਲਾਂ ਹੋਰ ਸਾਫ਼ ਹੁੰਦੀਆਂ ਹਮ ਅਸੀਂ ਕਿਸੇ ਗੱਲ ਨੂੰ ਸਮਝਣ ਵਾਸਤੇ ਕਿਸੇ ਗੱਲ ਨੂੰ ਆਪਦੇ ਦਿਮਾਗ ਚ ਲਿਜਾਣ ਵਾਸਤੇ ਘਾਰ ਕਰਨ ਵਾਸਤੇ ਤਿੰਨ ਤਰ੍ਹਾਂ ਦੀਆਂ ਪદ્ધਤੀਆਂ ਵਰਤਦੇ ਹਾਂ ਹਮ ਇੱਕ ਪદ્ધਤੀ ਆ ਉਹਦੇ ਚ ਪਰਵਚਨਾ ਦੀ ਪਰਵਚਨਾ ਦੀ ਪદ્ધਤੀ ਸਾਡੇ ਰਿਸ਼ੀ ਮਨੀ ਵਰਤਦੇ ਸੀ ਸਾਡੇ ਮੋਦੀ ਸਾਹਿਬ ਵਰਤਦੇ ਆ ਆਰਐਸਐਸ ਲਾਣਾ ਵਰਤਦਾ ਤੇ ਉਹ ਸਾਰੇ ਵਰਤਦੇ ਆ ਉਹ ਕੀ ਆ ਵੀ ਮੈਂ ਜਿਹੜਾ ਕੁਝ ਕਹੀ ਜਾਣਾ ਤੁਸੀਂ ਉਹੀ ਸੁਣਨੀ ਹੈ ਵੀ ਉਹਨੂੰ ਤੁਸੀਂ ਸਵਾਲ ਨਹੀਂ ਕਰ ਸਕਦੇ ਜੀ ਇਹ ਸਾਰਾ ਲਾਣਾ ਇਸ ਵੇਲੇ ਇਸ ਉਹ ਪੁਰਾਣੀ ਪદ્ધਤੀ ਤੇ ਫੇਰ ਆਇਆ ਹੋਇਆ ਪਰਵਚਨਾ ਵਾਲੀ ਤੇ ਇੱਕ ਹੁੰਦੀ ਆ ਵਾਦ-ਵਿਵਾਦ ਦੀ ਪદ્ધਤੀ ਵਾਦ-ਵਿਵਾਦ ਤੁਸੀਂ ਰੋਜ਼ ਚੈਨਲਾਂ ਤੇ ਵੇਖਦੇ ਆ ਇੱਕ ਪਾਸੇ ਇੱਕ ਮੁਸਲਮਾਨ ਬਿਠਾਇਆ ਇੱਕ ਪਾਸੇ ਇੱਕ ਹਿੰਦੂ ਬਿਠਾਇਆ ਤੇ ਇੱਕ ਪਾਸੇ ਐਂਕਰ ਆ ਜਿਹੜਾ ਉਹ ਦੋਨਾਂ ਨੂੰ ਚੱਕ ਦੇਈ ਜਾਂਦਾ ਲੜਾਈ ਜਾਂਦਾ ਉਹਦੇ ਚੋਂ ਨਿਕਲਣਾ ਕੁਝ ਨਹੀਂਗਾ ਘੰਟੇ ਬਾਅਦ ਸਾਨੂੰ ਗੋਸਾ ਗਾਸਾ ਚੜਾ ਕੇ ਸਾਡਾ ਬਲੱਡ ਪ੍ਰੈਸ਼ਰ ਵਧਾ ਕੇ ਉਹ ਆਪਿਆਂ ਕਮਰੇਂ ਜਾ ਵਰਦੇ ਕਈ ਰਿਓ ਮਿਹਨਤਾਂ ਨਾ ਦੇ ਕੇ ਬਿਠਾਏ ਹੋਏ ਹੁੰਦੇ ਆ ਲੋਕਾਂ ਨੂੰ ਵਿਚਾਰਿਆਂ ਨੂੰ ਪਤਾ ਨਹੀਂ ਹੁੰਦਾ ਤੇ ਉਹ ਸਾਡਾ ਬਲੱਡ ਪ੍ਰੈਸ਼ਰ ਵਟਾ ਕੇ ਕਰੇ ਉਹ ਆ ਬਾਦ ਬਵਾਦ ਉਹ ਉਹਦੇ ਚੋਂ ਵੀ ਕੁਝ ਨਹੀਂ ਨਿਕਲਿਆ ਇੱਕ ਅਸਮਾਦ ਜਿਹੜਾ ਬਾਬੇ ਨੇ ਰਚਾਇਆ ਕੁਝ ਸੁਣੀਏ ਕੁਝ ਕਹੀਏ ਉਹ ਕਹਿੰਦਾ ਵੀ ਪਹਿਲਾਂ ਸੁਣੋ ਫੇਰ ਕਹੋ ਜੀ ਬੀ ਕੀ ਮਤਲਬ ਉਹਦੇ ਤੇ ਅਸਰ ਕਰੋ ਤੇ ਉਹਨੂੰ ਸਮਝਾਓ ਬਾਦਵਾ ਬਾਵਾ ਸਮਾਦ ਚ ਪਾਓ ਬਾਦਵਾ ਬਾਦ ਚ ਨਾ ਪਾਓ ਹੁਣ ਮੈਂ ਇਹਦੀ ਗੱਲ ਉਹ ਨਜ਼ਰ ਦੇ ਵਹਿਮ ਦੇ ਨਾਲ ਜੋੜ ਕੇ ਸੁਣਾਉਣਾ ਹਮ ਸਾਡੇ ਇੱਕ ਬੀਬੀ ਬੱਚਾ ਦਾਖਲ ਕਰਾਉਣ ਆਈ ਸਕੂਲ ਚ ਉਹਦੇ ਮੱਥੇ ਤੇ ਕਾਲਾ ਟਿੱਕਾ ਲੱਗਾ ਸੀ ਅੱਛਾ ਜੀ ਜਦੋਂ ਕਾਲਾ ਟਿੱਕਾ ਲੱਗਾ ਸੀ ਤੇ ਮੈਂ ਵੇਖਿਆ ਪ੍ਰੇਅਰ ਕਰਾਈ ਜਾਂਦਾ ਸੀ ਮੈਂ ਉਹ ਬੀਬੀ ਨੂੰ ਰੋਕ ਲਿਆ ਬੀਬਾ ਮਿੰਟ ਕਰ ਰੁਕ ਜਾ ਤੇ ਮੈਂ ਤੇ ਮਗਰੋਂ ਤੇਰੇ ਨਾਲ ਗੱਲ ਕਰਦਾ ਜਦੋਂ ਪ੍ਰੇਅਰ ਮੈਂ ਕਰਾ ਹਟਿਆ ਤਾਂ ਮੈਂ ਬੱਚੇ ਨੂੰ ਬਾਹਾਂ ਫੜ ਕੇ ਪ੍ਰੇਅਰ ਦੇ ਮੂਹਰੇ ਸਾਹਮਣੇ ਖੜਾ ਕਰ ਲਿਆ ਪਹਿਲਾਂ ਦਾ ਹਾਲ ਚਾਲ ਪੁੱਛਿਆ ਕਿ ਬੱਚੇ ਨੂੰ ਪਿਆਰ ਨਾ ਹੁੰਦਾ ਸਕੂਲ ਚ ਆ ਕੇ ਪਿਆਰਿਆ ਉਹਨੂੰ ਸਾਰਾ ਕੁਝ ਕੀ ਹਾਲ ਆ ਵੀ ਕਿੱਥੋਂ ਆਇਆ ਵੀ ਤੇ ਮਗਰੋਂ ਦੀ ਮਾਂ ਨੂੰ ਪੁੱਛਿਆ ਮੈਂ ਕਿ ਜੀ ਇਹ ਕਾਲਾ ਟਿੱਕਾ ਕਾਤੋਂ ਲਾਇਆ ਉਹ ਕਹਿੰਦੀ ਜੀ ਇਹਦੇ ਨਾਲ ਨજર ਨਹੀਂ ਲੱਗਦੀ ਗੋਰਾ-ਗੋਰਾ ਜਵਾਕ ਮੱਥੇ ਤੇ ਕਾਲਾ ਟਿੱਕਾ ਤਕੜਾ ਥੰ ਹੂੰ ਤੇ ਮੈਂ ਕਿਹਾ ਜੀ ਤੁਹਾਨੂੰ ਕਿਹਨੇ ਦੱਸਿਆ ਉਹ ਕਹਿੰਦੀ ਜੀ ਮੇਰੀ ਨਾਨੀ ਨੇ ਦੱਸਿਆ ਦਾਦੀ ਨੇ ਦੱਸਿਆ ਸਾਰੀਆਂ ਵੱਡੀਆਂ ਨੇ ਦੱਸਿਆ ਵੀ ਇਹਦੇ ਨਾਲ ਨજર ਨਹੀਂ ਲੱਗਦੀ ਹੂੰ ਇਹ ਇਹ ਉਹਨੇ ਕੀ ਸੁਣਿਆ ਸੀ ਇਹ ਜਿਹੜੇ ਉਹਨੇ ਸੁਣਿਆ ਆਦੇ ਨਾਨੀਆਂ ਦਾਦਿਆਂ ਕੋਈ ਕੋਈ ਸਵਾਲ ਨਹੀਂ ਕੀਤਾ ਹੂੰ ਬਾਦ-ਵਬਾਦ ਉਹ ਜਿੱਤੀ ਖੜਾ ਹੋਣਾ ਸੀ ਵੀ ਮੈਂ ਹੱਥ ਗਿੱਲਾ ਕਰ ਲੈਣਾ ਹੱਥ ਗਿੱਲਾ ਕਰਕੇ ਉਹਦਾ ਟਿੱਕਾ ਕਰ ਦਿੰਦਾ ਸਾਫ਼ ਹੂੰ ਜਾ ਕੁੜਗਿਆ ਆਏ ਨਹੀਂ ਨਜਰਾ ਹਰੇ ਬਾਦ-ਵਬਾਦ ਆ ਉਹ ਸਮਝ ਨਹੀਂ ਸੀ ਲੱਗਦੀ ਹੂੰ ਕਿਉਂਕਿ ਇੱਕ ਬਾਦ-ਵਬਾਦ ਵਿੱਚ ਮੈਂ ਪੈ ਗਿਆ ਬਿਲਕੁਲ ਸਹੀ ਮੈਂ ਫਿਰ ਉਹਦੇ ਨਾਲ ਸੰਵਾਦ ਰਚਾਇਆ ਸੰਵਾਦ ਕੀ ਸੀ ਬਈ ਜੇਕਰ ਕੁੜੀਏ ਟਿੱਕੇ ਨਾਲ ਹਟਦੀ ਹੈ ਤੇ ਕਾਲੇ ਰੰਗ ਦੇ ਹੀ ਟਿੱਕੇ ਨਾਲ ਹਟਦੀ ਹੈ ਤਾਂ ਸਹਿਰੇ ਏਡਾ ਕਾਲਾ ਕੋਲੇ ਹੂੰ ਮੈਂ ਫੇਰ ਜਰੂਰੀ ਨਹੀਂ ਟਿੱਕਾ ਲਾਉਣ ਦੀ ਫੇਰ ਸਿਰ ਨਹੀਂ ਹਟ ਜਾਣੀ ਚਾਹੀਦੀ ਫੇਰ ਮਾਣ ਨੂੰ ਸਮਝਾਇਆ ਵੀ ਜਦੋਂ ਅਸੀਂ ਕੋਈ ਗੱਡੀ ਲੈਣੇ ਆ ਜਾਂ ਕੁਝ ਹੋਰ ਲੈਣੇ ਆ ਉਹਦੇ ਮੂਹਰੇ ਅਸੀਂ ਜੁੱਤੀ ਬੰਦਦੇ ਹੂੰ ਉਹ ਜੁੱਤੀ ਆ ਜਿਹੜੀ ਜੇ ਜੁੱਤੀ ਨਹੀਂ ਹਟਦੀਆਂ ਤੇ ਜਦੋਂ ਅਸੀਂ ਗੱਡੀ 'ਚ ਬੈਠਨੇ ਆ ਚਾਰਾਂ ਜਾਣਿਆਂ ਦੇ ਪਾਜੇ ਹੁੰਦੀਆਂ ਹੂੰ ਫੇਰ ਉਹਦੇ ਨਾਲ ਹਟ ਜੂ ਮਤਲਬ ਕੀ ਆ ਵੀ ਉਹਨੂੰ ਦੱਸਿਆ ਸੰਬਾਧ ਰਾਹੀਂ ਵੀ ਇਹ ਪ੍ਰਸ਼ਨ ਜੇ ਤੂੰ ਇਹੋ ਜੇ ਕਰਦੀ ਵੀ ਕਾਲਾ ਟਿੱਕਾ ਲਾਉਣ ਦੀ ਜਿਆਦਾ ਰੰਗ ਹੋਰ ਦਾ ਹੋਵੇ ਹੂੰ ਕਾਲੇ ਵੇਲੇ ਤਾਂ ਸਿਰ ਹੈਗਾ ਕੋਲ ਫੇਰ ਮਾਣ ਨੂੰ ਦੱਸਿਆ ਵੀ ਅਸਲ 'ਚ ਇਹਦਾ ਪਛੋਕੜ ਕਿੱਥੇ ਪਿਆਸ ਹੂੰ ਪਛੋਕੜੇ ਦਾ ਪਿਆਸ ਸੀ ਜਦੋਂ ਮਹਿਮੂਦ ਗਜਨਵੀ ਹੁਣੀ ਇੱਥੇ ਹਮਲੇ ਕਰਦੇ ਸੀ ਇੱਥੋਂ ਸੋਹਣੀਆਂ ਔਰਤਾਂ ਨੌਜਵਾਨ ਔਰਤਾਂ ਨੂੰ ਚੱਕ ਕੇ ਲੈ ਜਾਂਦੇ ਸੀ ਪਹਿਲਾਂ ਤਾਂ ਚੱਕ ਕੇ ਉੱਥੇ ਲੈ ਜਾਂਦੇ ਰਹੇ ਗਜਨੀ ਲੈ ਜਾਂਦੇ ਸੀ ਮਗਰ ਉਹਨਾਂ ਨੇ ਇੱਥੇ ਰਾਜ ਸਥਾਪਿਤ ਕਰਨ ਜਦੋਂ ਰਾਜ ਸਥਾਪਿਤ ਕੀਤੇ ਤਾਂ ਉਹਨਾਂ ਨੇ ਉਹਨਾਂ ਸੋਹਣੀਆਂ ਕੁੜੀਆਂ ਵਾਸਤੇ ਕੁਝ ਇਹੋ ਜਿਹੇ ਤਿਹਾਰ ਬਣਾਏ ਜਿਵੇਂ ਤੀਆਂ ਵਗੈਰਾ ਜਾਂ ਜਿੱਥੇ ਨੌਜਵਾਨ ਕੁੜੀਆਂ ਕੁਆਰੀਆਂ ਕੁੜੀਆਂ ਆਮ ਕਰਕੇ ਜਾਂਦੀਆਂ ਸੀ ਉੱਥੇ ਫਿਰ ਉਹ ਰਾਜੇ ਢੇੜਾ ਮਾਰਦੇ ਸੀ ਜਾਂ ਉਹਨਾਂ ਦੇ ਐਲਕਰ ਢੇੜਾ ਮਾਰਦੇ ਸੀ ਉਥੋਂ ਕੁੜੀਆਂ ਚੱਕ ਕੇ ਲੈ ਜਾਂਦੀ ਸੀ ਉਹ ਸਾਡੇ ਸਾਡੇ ਢਿੱਡੋਂ ਤਾਂ ਇਹ ਗੱਲ ਕੰਨਾਂ ਤੇ ਹੁੰਦੀ ਸੀ ਪਰਵਾਰਾਂ ਦੇ ਵਿੱਚ ਚਲੋ ਰਾਜੇ ਦਿੱਤੀ ਵਿਆਹੀ ਗਈ ਕੋਈ ਗੱਲ ਨਹੀਂ ਗਈ ਪਰ ਜਦੋਂ ਰਾਜਾ 80 ਸਾਲ ਦਾ ਹੋਵੇ ਤੇ ਕੁੜੀ 16 ਸਾਲ ਦੀ ਨੂੰ ਚੱਕ ਕੇ ਲੈ ਜਾਂਦਾ ਸੀ ਉਦੋਂ ਜ਼ਰੂਰ ਦੁੱਖ ਹੁੰਦਾ ਸੀ ਵੀ ਇਹਨੇ ਤਾਂ 10-10 ਸਾਲਾਂ ਨੂੰ ਮਰ ਜਾਣਾ ਤੇ ਕੁੜੀ ਦਾ ਕੀ ਬਣੂ ਫਿਰ ਉਹਨਾਂ ਨੂੰ ਇਹ ਗੱਲ ਹੋਈ ਵੀ ਆਪਾਂ ਇਹਨੂੰ ਰੋਕਣ ਵਾਸਤੇ ਕੀ ਕਰ ਸਕਦੇ ਆਂ ਫਿਰ ਸਾਡੀਆਂ ਬੁੱਧੀਜੀਵੀ ਔਰਤਾਂ ਨੇ ਨਜ਼ਰ ਦੇ ਵਹਿਮ ਤੋਂ ਇੱਕ ਢੰਗ ਸੋਚਿਆ ਸੀ ਜਿਹੜਾ ਅਸੀਂ ਹੁਣ ਵਹਿਮ ਬਣਾ ਲਿਆ ਉਹਨਾਂ ਨੇ ਢੰਗ ਸੋਚਿਆ ਸੀ ਜੋ ਮਾਂ ਨੂੰ ਉਸ ਨੂੰ ਕਹਿੰਦੀਆਂ ਹੁੰਦੀਆਂ ਸੀ ਦਾਦੀਆਂ ਨਾਨੀਆਂ ਵੀ ਤੇਰੀ ਕੁੜੀ ਸੋਹਣੀ ਬਹੁਤ ਜਦੋਂ ਤੂੰ ਉਸ ਇਤਿਹਾਰ ਤੇ ਭੇਜਣਾ ਇਹਦੇ ਮੂੰਹ ਕਿਸੇ ਨਾ ਕਿਸੇ ਪਾਸੇ ਕਾਲਾ ਕਰ ਦੀ ਇਹਦੇ ਮੂੰਹ ਤੇ ਨੱਕ ਦਾ ਗੰਧ ਲਾ ਦੀ ਇਹਦੇ ਵਾਲ ਖੋਲ ਕੇ ਇਹਦੇ ਘੜਚ ਪਾ ਦੀ ਤਾਂ ਕਿ ਰਾਜੇ ਦੀ ਨਜ਼ਰ ਤੇ ਕੋੜੀ ਨੂੰ ਨਾ ਲੱਗੇ ਹੂੰ ਜਦੋਂ ਚੱਕ ਲੈ ਆ ਇਹਦਾ ਪਿਸ਼ੋਕਰ ਮਤਲਬ ਜਦੋਂ ਅਸੀਂ ਪਿਸ਼ੋਕਰ ਨਹੀਂ ਲਾਂ ਦੱਸਦੇ ਸੰਧਾ ਵਾਲੀਆ ਸਾਹਿਬ ਫਿਰ ਮਤਲਬ ਜਿਹੜਾ ਅੱਜ ਦਾ ਵਹਿਮ ਹੈ ਇਹਨੂੰ ਅਸੀਂ ਕੱਢਣ ਵਾਸਤੇ ਸਾਨੂੰ ਪਸ਼ੋਕੜ ਦੱਸਣਾ ਲਾਜ਼ਮੀ ਹੈ ਕਿਉਂਕਿ ਉਹ ਨਹੀਂ ਉਹਨਾਂ ਨੇ ਸਮਝਣਾ ਜਿੰਨਾ ਮਰਜ਼ੀ ਯਤਨ ਕਰੀਓ ਜਦੋਂ ਪਸ਼ੋਕੜ ਸਮਝ ਲੈਂਦੇ ਆ ਉਹਦੇ ਜੋ ਬਹੁਤ ਵੱਡੀ ਗਿਣਤੀ ਇਹਨਾਂ ਪਸ਼ੋਕੜਾਂ ਨੂੰ ਸਮਝ ਕੇ ਇਹਨਾਂ ਵਹਿਮਾਂ ਪਰਮਾਂ ਨੂੰ ਮੰਨਣੋਂ ਹਟ ਗਈ ਹੈ ਹਟ ਗਈ ਹਾਂਜੀ ਇੱਕ ਜੀ ਮੈਂ ਜ਼ਿਕਰ ਕਰਾਂ ਤੇ ਜੇ ਹੁਣ ਤੁਸੀਂ ਜਦੋਂ ਕੁੜੀਆਂ ਦੀ ਗੱਲ ਕੀਤੀ ਚਲੋ ਉਹ ਤਾਂ ਚਲੋ ਰਾਜਾਂ ਵਾਲੀ ਗੱਲ ਤਾਂ ਵੱਖਰੀ ਹੋਗੀ ਹਾਂਜੀ ਦਾਜ ਦਾਉਣ ਵਾਲੀ ਗੱਲ ਆਪਾਂ ਚੱਲਦੀ ਆ ਅੱਜ ਦੀ ਰੇਟ ਦੇ ਵਿੱਚ ਆਪਾਂ ਕਹਿੰਦੇ ਦਾਜ ਇੱਕ ਮਤਲਬ ਵੀ ਸਮਾਜਿਕ ਬੁਰਾਈ ਹੈ ਜੀ ਨੂੰ ਖਤਮ ਕਰਨਾ ਚਾਹੀਏ ਜੀ ਹੋਣੀ ਨਹੀਂ ਚਾਹੀਦੀ ਫਿਰ ਕੁਝ ਲੋਕ ਉਹਦੇ ਪਿੱਛੇ ਲੌਜੀਕ ਵੀ ਦਿੰਦੇ ਆ ਵੀ ਆਰ ਜਿਹਦੇ ਕੋਲੇ ਕੋਈ ਹੈਗਾ ਉਹ ਆਪਣੇ ਧੀ ਪੁੱਤ ਨੂੰ ਦੇ ਵੀ ਦੇਵੇ ਕਿਸੇ ਨੂੰ ਕੀ ਫਰਕ ਪੈਂਦਾ ਇਹ ਵੀ ਕੋਈ ਪ੍ਰਥਾ ਕਿੱਥੋਂ ਸ਼ੁਰੂ ਹੋਈ ਲੱਗਦੀ ਹੈ ਇਹ ਬੜੀ ਤਕੜੀ ਪ੍ਰਥਾ ਦਾਜ ਦੀ ਅਸਲ ਚ ਕੀ ਹੈ ਵੀ ਹੁਣ ਤਾਂ ਅਸੀਂ ਬਾਜ਼ਾਰ 'ਚ ਜਾਂਦੇ ਆ ਸਾਰਾ ਦਾਜ ਸਾਡਾ ਬਾਜ਼ਾਰ 'ਚ ਪਿਆ 13ਵੀਂ ਸਦੀ 'ਚ ਝਰਖਾ ਆਇਆ ਜੀ 13ਵੀਂ ਸਦੀ ਤੱਕ ਅਸੀਂ ਨੰਗੇ ਰਹੇ ਹਮਮ ਚਰਖਾ ਤੇ ਖੂਹ ਮੈਂ ਵਿੱਚ ਇੱਕ ਗੱਲ ਹੋਰ ਜੋੜ ਦਿਆਂ ਚਰਖਾ ਤੇ ਖੂਹ ਸਾਡੇ ਹਰੇਕ ਮੇਲੇ ਦਾ ਸ਼ਿੰਗਾਰ ਕਿਉਂ ਬਣੇ ਜੀ ਉਹਦੀ ਵਜ੍ਹਾ ਬਹੁਤ ਵੱਡੀ ਜਿੰਨਾ ਚਿਰ ਚਰਖਾ ਸਾਡੇ ਘਰ 'ਚ ਨਹੀਂ ਆਇਆ ਅਸੀਂ ਆਪਦਾ ਨੰਗ ਨਹੀਂ ਟੱਕ ਸਕੇ ਹੂੰ ਜਦੋਂ ਸਾਡੇ ਕੋਲੇ ਚਰਖਾ ਆ ਗਿਆ ਅਸੀਂ ਆਪ ਸਮਰੱਥ ਹੋ ਗਿਆ ਆਪਦਾ ਨੰਗ ਢੱਕਣ ਦੇ ਜਦੋਂ ਸਾਡੇ ਖੂਹ ਅਸੀਂ ਲਾ ਲਿਆ ਉਦੋਂ ਅਸੀਂ ਨਦੀਆਂ ਦਾ ਖਹਿੜਾ ਛੱਡ ਕੇ ਅਸੀਂ ਦੂਰ ਦਰੇਡੇ ਵਸਣਾ ਸ਼ੁਰੂ ਕਰਤਾ ਸਾਨੂੰ ਪਾਣੀ ਦਾ ਪਤਾ ਲੱਗ ਗਿਆ ਵੀ ਅਸੀਂ ਪੈਦਾ ਕਰ ਸਕਦੇ ਹੂੰ ਇਹ ਦੋਨੇ ਚੀਜ਼ਾਂ ਸਾਡੇ ਦਿਮਾਗ 'ਚ ਇੰਨੀਆਂ ਵਸੀਆਂ ਹੋਈਆਂ ਵੀ ਹੁਣ ਕੋਈ ਵੀ ਸਾਡਾ ਜਿਹੜਾ ਦੇਸੀ ਸੱਭਿਆਚਾਰ ਆ ਨਾ ਉਹ ਖੂਹ ਤੇ ਚਰਖੇ ਤੋਂ ਬਿਨਾ ਮੁਕੰਮਲ ਨਹੀਂ ਹੁੰਦਾ ਅਜੇ ਵੀ ਉਹ ਸਾਡੇ ਲਹੂ 'ਚ ਬੈਠਾ ਹੂੰ ਇਸੇ ਤਰ੍ਹਾਂ ਮਤਲਬ ਨਹੀਂ ਆਪਾਂ ਤਾਂ ਇੱਥੋਂ ਤੱਕ ਲੈ ਆਏ ਨਾ ਵੀ ਜਿਹੜਾ ਤੁਸੀਂ ਚਰਖਾ ਤੇ ਖੂਹ ਉਦੋਂ ਕਹਿੰਦੇ ਲੱਭਿਆ ਸੀ ਹਾਂਜੀ ਹੁਣੇ ਹੀ ਟਾੜਾ ਸਮੁੰਦਰ ਰੱਖ ਲਈਦਾ ਆ ਹੁਣੇ ਹੀ ਟਾੜਾ ਸਮੁੰਦਰ ਮਤਲਬ ਫਰਕ ਤਾਂ ਹੀ ਨਹੀਂ ਆ ਵੀ ਉਹ ਵਿਆਹ ਮਤਲਬ ਅਸਲ 'ਚ ਉਹਦੀ ਉਹਦੀ ਜਿਹੜੀ ਜਿਹੜਾ ਉਹਦੀ ਉਹਦੀ ਛਕਲ ਉਹਦੀ ਸੂਰਤ ਤੇ ਉਹਦਾ ਕੀਤਾ ਹੋਇਆ ਕੰਮ ਉਸ ਬੱਚਿਆਂ ਨੂੰ ਤਾਂ ਪਤਾ ਲੱਗਦਾ ਨਾ ਵੀ ਕਿਵੇਂ ਆ ਹਾਂ ਤੇ ਜਿਹੜਾ ਤੁਸੀਂ ਕਿਹਾ ਵੀ ਉਹ ਵਿਆਹ ਵੇਲੇ ਦਾਜ ਦੀ ਗੱਲ ਹੂੰ ਹੂੰ ਦਾਜ ਅਸਲ 'ਚ ਇੱਕ ਨਵੀਂ ਇਕਾਈ ਸ਼ੁਰੂ ਹੁੰਦੀ ਸੀ ਜਦੋਂ ਵਿਆਹ ਹੁੰਦਾ ਸੀ ਹੂੰ ਬੱਚੇ ਹੁੰਦੇ ਸੀ 8 8 7 7 ਜੀ ਹੁਣ 7 7 8 8 ਬੱਚਿਆਂ ਵਾਸਤੇ ਮਾਂ ਨੇ ਜਿੰਨਾ ਕੋ ਬਣ ਸਕਦੀ ਸੀ ਬਣਾ ਸਕਦੀ ਸੀ ਬਣਾ ਲਿਆ ਪਰ ਜਦੋਂ ਸਾਰੇ 8ਾਂ ਬੱਚਿਆਂ ਨੇ ਅਡੋ-ਅਡੀ ਹੋਣਾ ਉਹਨਾਂ ਨੂੰ ਉਹਨਾਂ ਨੂੰ ਸਮਾਨ ਚਾਹੀਦਾ ਸੀ 4 ਕੇਸ 4 ਦਰੀਆਂ 4 ਰਜਾਈਆਂ 4 ਗਦੈਲੇ ਉਹ ਸਾਰਾ ਕੁਝ ਉਹਨਾਂ ਨੂੰ ਚਾਹੀਦਾ ਸੀ ਜੀ ਹੁਣ ਜੇ ਇੱਕ ਘਰ ਹੀ ਉਹ ਪੈਦਾ ਕਰਨਾ ਹੋਵੇ ਅਠਾਂ ਜਵਾਕਾਂ ਵਾਸਤੇ ਸਮੱਸਿਆ ਕਿਹੜੀ ਹੋਗੀ ਨਾ ਜੀ ਫੇਰ ਉਹ ਕੀ ਹੁੰਦਾ ਸੀ ਵੀ ਕੁੜੀ ਸੀ ਜਿਹੜੀ ਉਹਦੇ ਕੋਲੇ ਪੜਨ ਪੜਾਈ ਦਾ ਕੋਈ ਕੰਮ ਨਹੀਂ ਸੀ ਹੁੰਦਾ ਉਹ ਵਿਚਾਰੀਆਂ ਪੜਦੀਆਂ ਤਾਂ ਹੈ ਨਹੀਂ ਸੀ ਪੰਜ ਪਾਸੇ ਬਾਤ ਤੋਂ ਬੰਦ ਕਰਾਉਂਦੇ ਸੀ ਜੀ ਤੇ ਮਗਰੋਂ ਕਪਾਹਾਂ ਚੁਗਣ ਦਾ ਕੰਮ ਸੀ ਹੋਰ ਕੋਈ ਐਡਾ ਬਹੁਤਾ ਕੰਮ ਨਹੀਂ ਸੀ ਹੈ ਕਪਾਹਾਂ ਘਰ 'ਚ ਹੁੰਦੀਆਂ ਸੀ ਕਪਾਹਾਂ ਤੋਂ ਜਿੰਨਾ ਵੀ ਦਾਜ ਤਿਆਰ ਕੀਤਾ ਜਾ ਸਕਦਾ ਦਾਜ ਜ਼ਰੂਰੀ ਨਹੀਂ ਸੀ ਵੀ ਸੋਨਾ ਹੋਵੇ ਜਾਂ ਪੈਸੇ ਹੋਣ ਦਾਜ ਹੁੰਦਾ ਸੀ ਲੋੜਿੰਦੀਆਂ ਉਹ ਚੀਜ਼ਾਂ ਜਿਹੜੀਆਂ ਨਵੇਂ ਪਰਿਵਾਰਕ ਇਕਾਈ ਵੇਲੇ ਤੁਹਾਨੂੰ ਅਤਿਅੰਤ ਲੋੜ ਜਾਣਸਾਰ ਲੋੜ ਹੂੰ ਜਿਹੜੀਆਂ ਮੰਗੀਆਂ ਨਹੀਂ ਕਿਤੋਂ ਮਿਲਦੀਆਂ ਜੀ ਨਾ ਬਾਜ਼ਾਰ ਚੋਂ ਮਿਲਦੀਆਂ ਹੂੰ ਹੂੰ ਉਹ ਕੁੜੀਆਂ ਪੈਦਾ ਕਰਦੀਆਂ ਉਹਦਾਜ ਅਸਲ ਚੋਸ ਓਕੇ ਯਾਨੀ ਕਿ ਖੋਦ ਜਦਾਂ ਕੱਤਣਾ ਹਾਂਜੀ ਫੇ ਉਸ ਤੋਂ ਬਾਅਦ ਬੁਣਨਾ ਬੁਣਨਾ ਤੇ ਉਹ ਜੇ ਕੋ ਕਢਾਈ ਦੀ ਗੱਲ ਕਰੀਏ ਕੱਢਣਾ ਕਾਦਰ ਕੱਢਣੀਆਂ ਉਹਦੇ ਚੱਕ ਤੱਕ ਕੁੜੀ ਦਾ ਸੋਚ ਪਰਖਿਆ ਜਾਂਦਾ ਸੀ ਜਦੋਂ ਕੁੜੀਆਂ ਜਾ ਕੇ ਬੀਬੀਆਂ ਵੇਖਦੀਆਂ ਸੀ ਵੀ ਕੁੜੀ ਦੀਆਂ ਚਾਦਰਾਂ ਕੱਢੀਆਂ ਕਿਹੋ ਜਿਹੀਆਂ ਕੱਢੀਆਂ ਤਾਂ ਸੋਝ ਪਰਖਿਆ ਜਾਂਦਾ ਸੀ ਉੱਥੇ। ਹੂੰ। ਵੀ ਕਿੰਨੀ ਜਾਂ ਤਾਂ ਵਿਚਾਰੀ ਨੂੰ ਉਹਨੂੰ ਕਈ ਵਾਰੀ ਜਿਹੜੀ ਇਹੋ ਜਿਹੀ ਸੁਧਾਰਨ ਹੁੰਦੀ ਸੀ ਉਹਨੂੰ ਕੱਢਣ ਨਹੀਂ ਸੀ ਦਿੰਦੇ ਦੂਜੀਆਂ ਕੱਢ ਕੇ ਦੇ ਦਿੰਦੀਆਂ ਸੀ। ਤੇ ਜਾਂ ਜਿਹਨੇ ਆਪਦੀਆਂ ਚਾਦਰਾਂ ਕੱਢੀਆਂ ਤਾਂ ਫਿਰ ਮਾਣ ਨਾਲ ਦੱਸਦੀ ਸੀ ਮੈਂ ਇਹ ਫਲਾਣੀ ਸਾਹਿਬ ਤੋਂ ਨਮੂਨਾ ਲਿਆਂਦਾ। ਫਲਾਣੀ ਸਾਹਿਬ ਤੋਂ ਮੈਂ ਕੱਢਿਆ। ਇਹਦਾ ਮਤਲਬ ਵੀ ਅਜੇ ਵੀ ਅਜੇ ਵੀ ਜੇ ਕਿਤੇ ਆਪਾਂ ਪੁਰਾਣੀਆਂ ਮਾਈਆਂ ਦੇ ਸੰਦੂਖਾਂ ਵਾਲਾ ਦਾਜ ਵੇਖ ਲੈਂਦੇ ਅਜੇ ਵੀ ਕਿਤੇ ਜ਼ਿਕਰ ਕਰ ਲਈ ਵਿਆਹ ਕਿਦਾਂ। ਇਹ ਉਦੋਂ ਫਿਰ ਮੈਂ ਅਦੇ ਵਿਮਾਨਾਂ ਨੂੰ ਮਿਲ ਜਾਂਦੀਆਂ ਹਾਂ ਬਾਗ ਹੈ ਉਹ ਫਲਕਾਰੀਆਂ ਹੈ ਉਹ ਸਾਰਾ ਕੁਝ ਹੈ ਉਹਦੇ ਚ ਉਹਨਾਂ ਦੇ ਕੱਲੇ ਕੱਲੇ ਟੰਕੇ ਦਾ ਜ਼ਿਕਰ ਕਰਦੀਆਂ ਇਹਦਾ ਮਤਲਬ ਇਹ ਹੋ ਗਿਆ ਜੀ ਕਿ ਵੀ ਅਸੀਂ ਇਹ ਜਿਹੜਾ ਜ਼ਿਕਰ ਆਪ ਜੀ ਦੇ ਨਾਲ ਕਰ ਰਹੇ ਹਾਂ ਇਸ ਕਰਕੇ ਕਰ ਰਹੇ ਹਾਂ ਕਿਉਂਕਿ ਕਿਸੇ ਵੇਲੇ ਹੁੰਦਾ ਵੀ ਆਪਾਂ ਨੂੰ ਉਹਦਾ ਪਛੋਕੜ ਨਹੀਂ ਪਤਾ ਹੁੰਦਾ ਗੱਲ ਦਾ ਆਪਾਂ ਨੂੰ ਆਪਣੇ ਹਿਸਾਬ ਨਾਲ ਹੀ ਅੱਗੇ ਮੋਲਡ ਕਰ ਲੈਣੇ ਹਨ ਅਗਲੀ ਗੱਲ ਕਰਾਂ ਦੋਸਤ ਸਾਹਿਬ ਮੈਂ ਥੋੜੁ Thune ਚੀਜ਼ਾਂ ਨਹੀਂ ਹੈ ਮੈਨੂੰ ਇਹ ਵੀ ਮੈਂ ਪੁੱਛ ਜਰੂਰ ਲਵਾ ਇਹ ਤੁਸੀਂ ਸ਼ਗਨਾ ਸਾਰਥਾਂ ਦੀ ਗੱਲ ਕੀਤੀ ਹੈ ਤੇ ਵਿਆਹ ਵੇਲੇ ਨਾ ਤੇਲ ਚੋਣ ਵਾਲੀ ਇੱਕ ਰਸਮ ਹੁੰਦੀ ਹੈ ਇਹਦੇ ਪਿੱਛੇ ਅਜਕਲ ਲੋਕਾਂ ਨੇ ਵੀ ਐਵੇਂ ਬਾਨਾ ਬਣਾਇਆ ਯਾਰ ਉਹਦੇ ਪੈਸੇ ਲੈਣ ਦਾ ਥਾਂ ਬਣਾਇਆ ਹਾਂਜੀ ਹਾਂਜੀ ਇਹ ਪੈਸੇ ਲੈਣ ਦੀ ਥਾਂ ਸੀ ਜਾਂ ਕੋਈ ਹੋਰ ਕਾਰਨ ਵੀ ਨਹੀਂ ਕਾਰਨ ਤਾਂ ਹਰੇਕ ਦਾ ਮੈਂ ਤੁਹਾਨੂੰ ਦੱਸਿਆ ਹਰੇਕ ਦਾ ਵਹਿਮ ਦਾ ਸ਼ੌਕੜਾ ਸੀ ਭੁੱਲ ਗਏ ਆ ਬਸ ਇਲਾ ਹੀ ਫਰਕ ਆ ਕਿਉਂਕਿ ਨਵੀਂ ਜਨਰੇਸ਼ਨ ਦੇ ਅੱਗੇ ਸੀਗਾ ਵੀ ਸਾਨੂੰ ਸਾਡੀਆਂ ਨਾਨੀਆਂ ਦਾਦੀਆਂ ਸਾਡਾ ਸੱਭਿਆਚਾਰਕ ਪੱਖ ਸੁਣਾਉਂਦੀਆਂ ਸੀ ਹੂੰ ਹੂੰ ਹੁਣ ਉਹ ਸੁਣਾਉਣ ਦੀ ਜ਼ਿੰਮੇਵਾਰੀ ਲੈ ਲਈ ਟੈਲੀਵਿਜ਼ਨਾਂ ਨੇ ਤੇ ਮੋਬਾਈਲ ਨੇ ਨੇ ਮੋਬਾਈਲ ਤੇ ਟੈਲੀਵਿਜ਼ਨ ਦੇ ਵਿੱਚ ਕੁਝ ਗੇਮਾਂ ਇਹੋ ਜੀਆਂ ਆ ਗਈਆਂ ਤੇ ਕੁਝ ਕਾਰਟੂਨ ਇਹੋ ਜਿਹੇ ਆ ਗਏ ਜਿਹੜੇ ਹੋਰ ਸਿੱਖਿਆ ਤਾਂ ਦੇ ਸਕਦੇ ਆ ਪਰ ਸੱਭਿਆਚਾਰਕ ਸਿੱਖਿਆ ਨਹੀਂ ਦਿੰਦੇ ਉਹ ਜੀ ਉਹ ਉਹਦੇ ਨਾਲੋਂ ਟੁੱਟ ਗਈ ਉਹਦੇ 'ਚ ਬੀਬੀਆਂ ਸਾਰੀ ਸਿੱਖਿਆ ਦਿੰਦੀਆਂ ਹੁੰਦੀਆਂ ਸੀ ਸਾਨੂੰ ਨਿੱਕਿਆਂ ਹੁੰਦਿਆਂ ਨੂੰ ਬਈ ਜੇ ਸਰਵਾਲਾ ਨਾਲ ਜਾਂਦਾ ਤਾਂ ਉਹ ਕਿਉਂ ਜਾਂਦਾ ਜੇਕਰ ਵਿਅੰਧੜ ਕੋਲੇ ਤਲਵਾਰ ਹੁੰਦੀ ਹੈ ਤਾਂ ਕਿਉਂ ਹੁੰਦੀ ਹੈ ਜੇ ਤੜਾਗੀ ਬੰਦੇ ਆ ਬੱਚੇ ਦੇ ਤਾਂ ਕਿਉਂ ਬੰਦੇ ਆ ਉਹ ਸਾਰਾ ਗਿਆਨ ਇਹ ਇਹ ਤਿੰਨੇ ਹੀ ਨਾਲੇ ਇਹ ਵੀ ਤੈਨੂੰ ਐਕਸਪਲੇਨ ਕਰ ਦਊਂ ਕਿ ਕਿਉਂ ਇਹ ਲੋੜਾਂ ਚ ਉਪਜੀਆਂ ਆਮੀਆਂ ਜਿਵੇਂ ਹੁਣ ਤੜਾਕੀ ਆ ਹੂੰ ਹੁਣ ਤਾਂ ਅਸੀਂ ਬੱਚਾ ਜੰਮਦਾ ਬੱਚੇ ਨੂੰ ਜੰਮਣਸਾਰ ਅਸੀਂ ਕੰਡੇ ਤੇ ਰੱਖ ਦਿੰਨੇ ਹੂੰ ਉਹਨੂੰ ਤੁਸੀਂ 10 ਦਿਨਾਂ ਬਾਅਦ 20 ਦਿਨਾਂ ਬਾਅਦ ਮਹੀਨੇ ਬਾਅਦ ਜਦੋਂ ਡਾਕਟਰ ਕੋਲ ਜਾਨੇ ਫੇਰ ਉਹ ਦੇਖਦਾ ਵੀ ਬਾਹਰ ਇਹਦਾ ਵੱਧ ਗਿਆ ਕਿ ਨਹੀਂ ਹੂੰ ਉਦੋਂ ਤਾਂ ਸਾਰਾ ਉਹਦਾ ਵੱਡਾ ਮੀਟਰੀ ਤੜਾਕੀ ਸੀ ਉਹਦੇ ਤੜਾਕੀ ਬੰਦੀਆਂ ਸੀ ਬੀਬੀਆਂ ਬਈ ਇਹ ਕਿਉਂਕਿ ਜਿਹੜਾ ਬੱਚਾ ਤੁਹਾਡੇ ਕੋਲ ਰੋਜ ਰਹੀਦਾ ਨਾ ਉਹਦਾ ਤੁਸੀਂ ਲਿੱッセ ਹੋਣ ਦਾ ਤੇ ਰਾਜੀ ਹੋਣ ਦਾ ਅਨੁਮਾਨ ਨਹੀਂ ਲਾ ਸਕਦੇ ਜੀ ਦੂਜਾ ਤਾਂ ਲਾ ਲੂਗਾ ਪਾਸੇ ਵਾਲਾ ਤਾਂ ਕਿ ਵੀ ਉਦੋਂ ਲਿੱ ਦੇਮਨ ਮੈਂ ਬਾਦ ਸਾਹਿਬ ਨੂੰ ਦੇਖਿਆ ਸੀ ਮੈਂ ਕਹਿੰਦਾ ਇਹ ਤਾਂ ਭਾਰਤ ਅਰ ਗਈ ਆ ਨਾ ਵਾਦੇ ਨਾ ਘਟੂ ਉਹ ਵੀ ਠੀਕ ਆ ਓਕੇ ਆ ਜਮ ਵੀ ਆਏ ਮੈਨੂੰ ਲੱਗਦਾ ਵੀ ਇੱਥੇ ਥੋੜੇ ਜਿਹੇ ਰਲੇ ਜੇ ਹੋਣਗੇ ਤੇ ਰਾਜੀ ਹੋ ਜਾਣਗੇ ਮਤਲਬ ਕਿਉਂਕਿ ਆਪਾਂ ਦੁੱਧ ਆ ਕੇ ਪਛਾਣ ਲੈਂਦਾ ਇਸੇ ਤਰ੍ਹਾਂ ਇਹ ਸੀਗਾ ਵੀ ਬੱਚੇ ਨੂੰ ਭਾਰ ਵਧਣ ਦਾ ਜਾਂ ਉਹਦੇ ਰਾਜੀ ਹੋਣ ਦਾ ਤਕੜੇ ਹੋਣ ਦਾ ਜਾਂ ਬਿਮਾਰੀ ਦਾ ਪਤਾ ਤੜਾਗੀ ਤੋਂ ਹੀ ਲੱਗਦਾ ਸੀ ਹੂੰ ਵੀ ਉਹ ਤੰਗ ਹੋ ਗਿਆ ਤਾਂ ਲਾਗੀ ਲੈ ਕੇ ਡਿੱਗ ਪੀ ਤਾਂ ਬੱਚਾ ਹੋਰ ਬਿਮਾਰ ਹੋ ਗਿਆ ਕੋਈ ਕੋ ਕਮਜ਼ੋਰ ਹੋ ਗਿਆ ਤੇ ਜੇ ਤੜਾਗੀ ਫਸ ਗਈ ਉਹ ਬਦਲਦੇ ਸੀ ਵਾਰੀ-ਵਾਰੀ ਤੇ ਫਸਲ ਦੇ ਨਾਲ ਉਹਦਾ ਭਾਰ ਵੱਧਦਾ ਸੀ ਤੇ ਪਤਾ ਲੱਗਦਾ ਸੀ ਉਦੋਂ ਅਗਲੀ ਰਾ ਸਮਾਉਂਦੀ ਸੀ ਉਹਦੇ ਜਿਵੇਂ ਆਪਾਂ ਕਹਿ ਦਈਏ ਵੀ ਵਿਆਹ ਤੇ ਲੈ ਚਲਦੇ ਆਪਾਂ ਹੂੰ ਹੂੰ ਵਿਆਹ ਦੇ ਨਾਲ ਸਰਵਾਲਾ ਜਾਂਦਾ ਸੀ ਜਦੋਂ ਸਰਵਾਲਾ ਨਾਲ ਜਾਂਦਾ ਸੀ ਸਰਵਾਲੇ ਨੂੰ ਅਸਲ ਉਹਦਾ ਨਾਂ ਹੈ ਸੇਰਵਾਲਾ ਹੂੰ ਸਰਵਾਲੇ ਦਾ ਨਾਂ ਸੇਰਵਾਲੇ ਦਾ ਮਤਲਬ ਹੈ ਵੀ ਬਿਆਨਦੜ ਦੇ ਖਾਸ ਰਸਤੇ 'ਚੋਂ 마ਸੀ ਜਾਂ ਚਾਚੀ ਚਾਚੇ ਦਾ ਮੁੰਡਾ ਜਿਹੜਾ ਕੁਆਰਾ ਉਹੀ ਸਰਵਾਲਾ ਬਣਦਾ ਸੀ ਵਿਆਹੇ ਬੰਦਾ ਤਾਂ ਸਰਵਾਲਾ ਨਹੀਂ ਬਣਦਾ ਅਸਲ ਚ ਕੀ ਸੀ ਵੀ ਉਦੋਂ ਬਰਾਤਾਂ ਜਾਂਦੀਆਂ ਹੁੰਦੀਆਂ ਸੀ ਤੁਰ ਕੇ ਬਿਆਂਦਰ ਕੋਲੇ ਤਲਵਾਰ ਇਸ ਕਰਕੇ ਫੜਾਈ ਹੁੰਦੀ ਸੀ ਕਿਉਂਕਿ ਤਲਵਾਰਾਂ ਵੀ ਬਹੁਤ ਘੱਟ ਸੀ ਸਾਡੇ ਕੋਲੇ ਮਤਲਬ ਉਹਨੇ ਹਿਆਰ ਨਹੀਂ ਸੀ ਬਿਆਂਦਰ ਨੂੰ ਜਾਂ ਇੱਕ ਦੋ ਬੰਦਿਆਂ ਨੂੰ ਪਾਸੇ ਵਾਲਿਆਂ ਨੂੰ ਤਲਵਾਰਾਂ ਫੜਾਉਂਦੇ ਸੀ ਵੀ ਜੇ ਕੋਈ ਜਾਨਵਰ ਹਮਲਾ ਕਰੇ ਘੱਟੋ ਘੱਟ ਬਿਆਂਦਰ ਤਾਂ ਬਚੇ ਨਾ ਦੂਜੀ ਬਰਾਤ ਤੇ ਤਾਂ ਹਮਲਾ ਹੋਜੂ ਸਰਜੂ ਜ਼ਖਮੀ ਹੋਜੂ ਤਾਂ ਵੀ ਸਰਜੂ ਇਹ ਜ਼ਖਮੀ ਹੋ ਗਿਆ ਜੇ ਜ਼ਖਮੀ ਹੋਏ ਬਿਨਾਂ ਨੂੰ ਵੀ ਗੱਲ ਨਹੀਂ ਪਾਣੀ ਤੇ ਕਈ ਵਾਰੀ ਉਹ ਬਿਆਂਦਰ ਕਿਸੇ ਲੁੱਟ ਖੋਚ ਮਾਰਿਆ ਵੀ ਜਾਂਦਾ ਸੀ ਕਿਉਂਕਿ ਬਰਾਤਾਂ ਦੀ ਕਈ ਵਾਰੀ ਲੁੱਟ ਵੀ ਕਰਦੇ ਸੀ ਲੁਟੇਰੇ ਵੀ ਬੈਠੇ ਸੀ ਵਿੱਚ ਬਿਆੰਦੜ ਮਾਰਿਆ ਗਿਆ ਤੇ ਡੋਲੀ ਨੂੰ ਘਰੇ ਵਾਪਸ ਨਹੀਂ ਸੀ ਮੋੜਦੇ ਸਾਡਾ ਇਹ ਇੱਕ ਨਿਜ਼ਮ ਸੀ ਉਦੋਂ ਫਿਰ ਉਹ ਸਿਰ ਵਾਲੇ ਦੇ ਘਰ ਤੋੜਦੇ ਸੀ ਓਕੇ ਸਰਵਾਲੇ ਦੇ ਘਰ ਤੋੜਦੇ ਸੀ ਉਹ ਸਰਵਾਲਾ ਇਸ ਕਰਕੇ ਨਾਲ ਜਾਂਦਾ ਸੀ ਮਤਲਬ ਕੋਈ ਵੀ ਰਸਮ ਹੁਣ ਤੁਸੀਂ ਅੱਗੇ ਆ ਗਈ ਆਪਣੇ ਘਰੇ ਗੱਡੀ ਆ ਗਈ ਪਹਿਲਾਂ ਤਾਂ ਉੱਥੋਂ ਹੀ ਤੋੜ ਲਗੇ ਕੁੜੀ ਨੂੰ ਉਹਨਾਂ ਦੇ ਘਰੋਂ ਜਦੋਂ ਘਰੋਂ ਤੋੜਦੇ ਆ ਉਦੋਂ ਫਿਰ ਟਾਇਰਾਂ ਤੇ ਪਾਣੀ ਪਾਉਂਦੀਆਂ ਬੀਬੀਆਂ 50 ਲੱਖ ਦੀ ਕਰੋੜ ਰੁਪਏ ਦੀ ਗੱਡੀ ਅਗਲਾ ਲੈ ਕੇ ਆਇਆ ਹੁੰਦਾ ਵਿਆਹ ਨੂੰ ਤੇ ਉਹਦੇ ਟਾਇਰਾਂ ਤੇ ਪਾਣੀ ਅਜੇ ਵੀ ਪਾਈ ਜਾਂਦੀਆਂ ਕਹੋ ਕਿ ਟਾਇਰ ਠੰਡੇ ਕਰ ਦਿਓ ਉਹਦਾ ਵੀ ਬੜਾ ਪਿਛੋਕੜ ਤਕੜਾ ਸੀ ਕਿਉਂਕਿ ਹਾਰਡ 'ਚ ਵਿਆਹ ਹੁੰਦੇ ਸੀ ਇੱਕੋ ਫਸਲ ਸੀ ਸਾਡੇ ਕੋਲ ਕਣਕ ਦੀ ਹਾਰ 'ਚ ਜਦੋਂ ਕਿਉਂਕਿ ਪੈਸੇ ਵੱਟੇ ਹੁੰਦੇ ਨੂੰ ਹੋਣੇ-ਹੋਣੇ ਕਰ ਲਓ ਵਿਆਹ ਹਾਰ-ਹਾਰ 'ਚ ਸਾਰੇ ਤਕਰੀਬਨ ਹਾਰ ਉੱਤੇ ਹੁੰਦੇ ਸੀ ਮੇਰੀ ਜਦੋਂ ਮੈਂ ਮਤਲਬ ਸੁਰਤ ਸੰਭਲੀਏ ਜਦੋਂ ਤੋਂ ਮੈਂ ਹਾਰ ਦੇ ਵਿਆਹ ਬਹੁਤ ਵੇਖੇ ਆਪਦੀਆਂ ਰਿਸ਼ਤੇਦਾਰੀਆਂ ਜੀ ਉਹ ਜਿਹੜੇ ਵਿਆਹ ਹੁੰਦੇ ਸੀ ਮੇਰੇ ਦੇ ਤੋਂ ਪਹਿਲਾਂ ਪਰ ਉਦੋਂ ਮੇਰੇ ਵੇਲੇ ਤਾਂ ਨਹੀਂ ਸੀ ਵੀ 5-7 ਦਿਨ ਬਰਾਤ ਰਹਿੰਦੀ ਸੀ ਪਰ ਪਹਿਲਾਂ 5-7 ਦਿਨ ਬਰਾਤ ਰਹਿੰਦੀ ਹੁੰਦੀ ਸੀ ਹੂੰ ਉਹ ਜਿਹੜੀ 5-7 ਦਿਨ ਬਰਾਤ ਰਹਿੰਦੀ ਸੀ ਜਾਂਦੇ ਸੀ ਉਹ ਲੱਕੜ ਦੇ ਆਮ ਕਰਕੇ ਰਥਾਂ ਤੇ ਜਾਂ ਗੱਡਿਆਂ ਤੇ ਜੀ ਉਹ ਲੱਕੜ ਦੇ ਰਥ ਤੇ ਗੱਡੇ ਆਮ ਕਰਕੇ 7 ਦਿਨ ਖੜੇ ਰਹਿੰਦੇ ਸੀ ਹੂੰ ਹੁਣ ਜਦੋਂ 7 ਦਿਨ ਖੜੇ ਆ ਉਹ ਹੌਟ ਦੀਆਂ ਹਵਾਵਾਂ ਖੁਸ਼ਕ ਹੈ ਉਹਦੀਆਂ ਜਿੰਨੀਆਂ ਚੂਥਾਂ ਹੁੰਦੀਆਂ ਸੀ ਲੱਕੜ ਦੀਆਂ ਉਹ ਸਾਰੀਆਂ ਢਿੱਲੀਆਂ ਹੋ ਜਾਂਦੀਆਂ ਸੀ ਹੂੰ ਉਹ ਚੀਜ਼ ਜੀ ਕਰ ਲੱਗ ਜਾਂਦੀ ਪਈ ਜਿੱਦੇ ਰਤਵਾਰ ਨੇ ਤੁਰਨਾਵੇਂ ਹੁਣ ਸਵੇਰ ਨੂੰ ਬਰਾਤ ਨੇ ਤੁਰਨਾ ਉਹਨੇ ਰਾਤ ਨੂੰ ਹੀ ਲੱਗ ਜਾਣਾ ਪੰਜਾਂ ਤੇ ਪਾਣੀ ਪਾਉਣ ਚੱਕਿਆਂ ਤੇ ਪਾਣੀ ਪਾਈ ਜਾਣਾ ਥੋੜੇ ਥੋੜੇ ਟਾਇਰ ਬਾਅਦ ਤਾਂ ਕਿ ਉਹਦੇ ਚੂਥਾ ਇੱਕ ਦੂਜੇ ਚ ਫਸ ਜਾਣ ਰਾਹ ਚੋਂ ਚੀਕਾ ਨਾ ਮਾਰਨ ਜੀ ਇਹ ਸੀ ਪਾਣੀ ਪਾਉਣ ਦੀ ਕਹਾਣੀ ਹੁਣ ਅਸੀਂ ਫੇਰ ਟਾਇਰ ਤੇ ਪਾਈ ਜਾਂਦੇ ਆ ਉਹ ਪਤਲ ਪਛੋਕਰ ਦਾ ਪਤਾ ਨਹੀਂ ਇਸੇ ਤਰ੍ਹਾਂ ਸਾਡੇ ਉਹ ਟੇਲ ਚੋਂਣ ਦੀ ਰਸਮ ਹੂੰ ਹੂੰ ਸਾਡੇ ਤਖਤੇ ਹੁੰਦੇ ਸੀ ਤਖਤੇ ਦੇ ਉੱਤੇ ਇੱਕ ਕਲੈਂਪ ਲੱਗਿਆ ਹੁੰਦਾ ਸੀ ਸਿਰਫ ਤਖਤੇ ਨੂੰ ਘੜਾਉਣ ਵਾਸਤੇ ਹੂੰ ਰਾਜ ਕੋਈ ਚੀਜ਼ ਨਹੀਂ ਸੀ ਹੁੰਦੀ ਤੇ ਥੱਲੇ ਇੱਕ ਲੱਕੜ ਗੱਡੀ ਹੁੰਦੀ ਸੀ ਐਡੀ ਇੰਨੀ ਮੋਟੀ ਉਸ ਲੱਕੜ ਦੇ ਵਿੱਚ ਉਤਲੇ ਪਾਸੇ ਗੁੱਤੀ ਜੀ ਬਣਾਈ ਹੁੰਦੀ ਸੀ ਤੇ ਤਖਤੇ 'ਚ ਉਹ ਉਹਦੇ ਵਿੱਚ ਹੀ ਲੱਕੜ ਦੇ ਉਹਦੇ ਜੀ ਇੱਕ ਗੁੱਤੀ 'ਚ ਟਿਕਣ ਵਾਲਾ ਬਣਾ ਕੇ ਇੱਕ ਧੁਨੀ ਜੀ ਉਹਦੇ ਵਿੱਚ ਟਿਕਾਇਆ ਹੁੰਦਾ ਸੀ ਤਖਤਾ ਸਾਰਾ ਤਖਤਾ ਉਹਦੇ ਤੇ ਖੁੱਲਦਾ ਸੀ ਉਹ ਜਦੋਂ ਖੁੱਲਦਾ ਸੀ ਉਹ ਆਹ ਕਰਦਾ ਸੀ ਕਿਉਂਕਿ ਥੋੜੇ ਥਾਂ ਤੇ ਉਸ ਤੇ ਰਗੜ ਪੈਣ ਦੇ ਨਾਲ ਬੋਲਦੀ ਸੀ ਉਹ ਭੈੜੀ ਲੱਗਦੀ ਸੀ ਜਦੋਂ ਕੋਈ ਆਏ ਗਏ ਹੁੰਦੇ ਸੀ ਉਹ ਜਿਹੜੀਆਂ ਦੋਵਾਂ ਕੌਲਿਆਂ ਦੇ ਨਾਲ ਲੱਗੀਆਂ ਵੰਗਾਂ ਗੁੱਤੀਆਂ ਸੀ ਉਹਨਾਂ 'ਚ ਤੇਲ ਪਾਇਆ ਜਾਂਦਾ ਸੀ ਵੀ ਰੈਲਾ ਹੋ ਜੇ ਤੱਕ ਤਾਂ ਹੂੰ ਤੇ ਬਾਜ ਨਾ ਕਰੇ ਬਾਜ ਨਾ ਕਰੇ ਅੱਜ ਕੱਲ੍ਹ ਅਗਲਿਆਂ ਦਾ 7 ਲੱਖ ਰੁਪਈਆ ਇਕੱਲੇ ਕੌਲਿਆਂ ਤੇ ਲਾਇਆ ਹੁੰਦਾ ਨਾਲੇ ਤਾਂ ਬੀਬੀ ਡੋਲੇ ਨੂੰ ਤਾਰੀ ਜਾਂਦੀ ਹੁੰਦੀਆਂ ਨਾਲੇ ਨਿਗਾਹ ਉਹਦੇ ਨਹੀਂ ਹੁੰਦੀ ਕੌਲਿਆ ਤੇ ਨਾ ਪਾਦੀ ਕੌਲੇ ਖਰਾਬ ਹੋ ਜਾਣ ਥੱਲੇ ਸਿਰਦੀ ਤੋ ਤੱਕ ਅਸਲ ਤਾਂ ਵੀ ਇਹ ਇਹ ਗੱਲਾਂ ਅਸੀਂ ਤਾਂ ਕਰ ਰਹੇ ਹਾਂ ਜੀ ਵੀ ਕਿਸੇ ਵੇਲੇ ਦਿਮਾਗ 'ਚ ਹੁੰਦੀਆਂ ਕਿਹੜੇ ਨਹੀਂ ਹੁੰਦੀਆਂ ਪਰ ਆਪਾਂ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਕਰੀ ਜਾਂਦੇ ਨੇ ਇਹ ਨਹੀਂ ਸਾਰਾ ਕੁਝ ਇਸ ਕਰਕੇ ਅੱਜ ਤੁਸਾਨੂੰ ਆਇਆ ਸੀ ਵੀ ਚਲੋ ਇਹ ਵਿਚਾਰ ਲਈਏ ਇਹ ਚਲੋ ਆਪਾਂ ਖੁਸ਼ੀਖਸ਼ਾਲੀ ਜਮਨਦੀਆਂ ਦਾ ਕਰ ਲਈਏ ਕੁਝ ਮਰਨੇ ਪਰਨੇ ਨਾਲ ਵੀ ਰਿਲੇਟਡ ਹੈਗੀਆਂ ਹਾਂ ਬਹੁਤ ਹੈ ਬਹੁਤ ਹੈ ਮੇਰਾ ਖਿਆਲ ਇੱਕ ਤਾਂ ਉਹ ਕਾਨਾ ਨਾਲ ਪਾ ਦਿੰਦੇ ਹੁੰਦੇ ਪਾਉਂਦੇ ਹਾਂ ਹਾਂਜੀ ਉਹਦਾ ਕੀ ਕਰਨਾ ਇੱਕ ਕਾਨਾ ਪਾਉਂਦੇ ਐ ਇੱਕ ਲੱਦਾ ਲੈ ਕੇ ਜਾਂਦੇ ਆ ਥੋੜੇ ਮੈਨੂੰ ਦੁਆਬੇ 'ਚ ਨਹੀਂ ਪਤਾ ਕੀ ਕਹਿੰਦੇ ਆਟਾ ਥੋੜਾ ਜਿਹਾ ਪੀ ਕੇ ਆਪਾਂ ਵਿੱਚ ਰੱਖ ਦਿੰਦੇ ਹਾਂ ਜੀ ਆਪਦੀ ਟਰਾਲੀ 'ਚ ਹੁਣ ਵੀ ਲੈ ਕੇ ਜਾਂਦੇ ਆ ਉਹ ਕੁੜੀ ਵਾਲੇ ਘਰੇ ਖਾਸ ਕਰਕੇ ਹਮ ਤੇ ਇੱਕ ਔਣ ਲੱਗਿਆ ਨੂੰ ਸਾਨੂੰ ਉਹ ਉਥੋਂ ਲਫਾਫਿਆਂ 'ਚ ਪਾ ਕੇ ਰਸਮ ਦਿੰਦੇ ਜੀ ਤਿੰਨ ਚੀਜ਼ਾਂ ਹੈ ਹਮ ਜਿਹੜਾ ਤਾਂ ਹੈਗਾ ਕਾਨਾ ਪਾਉਣ ਦੀ ਰਸਮ ਉਹ ਤਾਂ ਮੁਸਲਮਾਨਾਂ ਦੇ ਵਿੱਚੋਂ ਸ਼ੁਰੂ ਹੋਈ ਹੈ ਅਸਲ ਵਿੱਚ ਹੂੰ ਕਿਉਂਕਿ ਜਦੋਂ ਕਬਰ ਪੁੱਟਦੇ ਸੀ ਕਬਰ ਪੁੱਟਦੇ ਸੀ ਬਹੁਤ ਔਖੀ ਕਿਉਂਕਿ ਸੰਦ ਦਾ ਕੋਈ ਪੱਟਣ ਵਾਲਾ ਹੁੰਦਾ ਸੀ ਲੱਕੜਾ ਲੁੱਕੜਾ ਨਾ ਉਦੋਂ ਤਾਂ ਸੰਦ ਹੈ ਨਹੀਂ ਸੀ ਨਾ ਪਹਿਲੀਆਂ ਗੱਲਾਂ ਆਪਾਂ ਕਰਦੇ ਉਦੋਂ ਤਾਂ ਲੱਕੜ ਕੋਈ ਤਿੱਖੀ ਲੱਭ ਗਈ ਉਹਦੇ ਨਾਲ ਕਬਰ ਪੁੱਟਣੀ ਆ ਮਸਾਂ ਉਨਹੀਂ ਪੁੱਟਦੇ ਜਿਹੜਾ ਬੰਦਾ ਹੁੰਦਾ ਹੂੰ ਕਈ ਵਾਰੀ ਉਹ ਕਬਰ ਘੱਟ ਪੁੱਟੀ ਜਾਨੀ ਬੰਦਾ ਲੰਮਾ ਹੋ ਜਾਣਾ ਫਿਰ ਉਹਨਾਂ ਨੇ ਕਿਹਾ ਵੀ ਇਹ ਬੰਦਾ ਵੱਧ ਗਿਆ ਉਹ ਆਵਦਾ ਨਹੀਂ ਸੀ ਨੁਕਸ ਕੱਢਦੇ ਜਿਹੜੇ ਪੱਟਣ ਵਾਲੇ अच्छा भाई मुर्दा ਬਾਦ ਜਾਂਦਾ ਇਹ ਤਾਂ ਹੋ ਗਿਆ ਕੰਮ ਉਹਦਾ ਕਾਨਾ ਪਾ ਕੇ ਕਾਨਾ ਤਾਂ ਪਾਉਂਦੇ ਸੀ ਨਾਲ ਕਾਨਾ ਮਣਕੇ ਲਾ ਜਾ ਕੇ ਕਬਰ ਪਟਣ ਲੱਗਦੇ ਸੀ ਮਗਰ ਉਹ ਜੋ ਪਤਾ ਲੱਗਿਆ ਵੀ ਇਹਦੀਆਂ ਸਮੱਸਿਆਵਾਂ ਆਉਂਦੀਆਂ ਹੂੰ ਉਹ ਕਾਨਾ ਨਾਲ ਪਾ ਕੇ ਇੱਕ ਕਾਨਾ ਉੱਥੇ ਛੱਡ ਜਾਂਦੇ ਸੀ ਇੱਕ ਕਾਨਾ ਨਾਲ ਲੈ ਜਾਂਦੇ ਸੀ ਮਣਕੇ ਓੱਡੀ ਕਬਰ ਪੜਦੇ ਸੀ ਬੰਦੇ ਜੁੜੀ ਅੱਛਾ ਉਹ ਤਾਂ ਖਾਣੇ ਵਾਲਾ ਕੰਮ ਚੱਲ ਗਿਆ ਹਾਂਜੀ ਹਾਂਜੀ ਤੇ ਇਹ ਇਹ ਉਹਦਾ ਪਿਛੋਕੜ ਸੀ ਇਸੇ ਤਰ੍ਹਾਂ ਹੁਣ ਤੁਸੀਂ ਉਹ ਦੇਖ ਲਓ ਵੀ ਉਹ ਜਿਹੜਾ ਆਪਾਂ ਲੱਦੇ ਵਾਲੀ ਗੱਲ ਹੈ ਵੀ ਚੱਕੀਆਂ ਸੀਗੇ ਉਹਦੇ ਹੱਥ ਵਾਲੀਆਂ ਦੋ ਦੋ ਕਿਲੋ ਪੀਣ ਵਾਲੀਆਂ ਸ਼ਾਮ ਨੂੰ ਪੀਣਾ ਸਵੇਰ ਨੂੰ ਖਾਣਾ ਸ਼ਾਮ ਨੂੰ ਪੀਣਾ ਸਵੇਰ ਨੂੰ ਖਾਣਾ ਲੱਗਣ ਲੰਮਾਂ ਦਾ ਪਿਆਸ ਨਹੀਂ ਸੀ ਜਾਂਦਾ ਘਰ ਵਾਲੀ ਚੱਕੀ ਤੇ ਸੀ ਹੁਣ ਇੱਕ ਤਾਂ ਹੋ ਗਈ ਉਸ ਘਰੇ ਮੌਤ ਹਮ ਅਚੰਚੇਤ ਹੋਈ ਹੈ ਇੱਕ ਉਹਨਾਂ ਨੂੰ ਆਏ ਗਏ ਨੂੰ ਰੋਟੀ ਪਾਣੀ ਵੀ ਖਵਾਉਣਾ ਪੈਣਾ ਹੁਣ ਉਹ ਬੀਬੀ ਜਿਹੜੀ ਵਿਚਾਰੀ ਉਹ ਆਏ ਗਏ ਸੀ ਸੰਭਾਲ ਕਰੂਗੀ ਕੋ ਚੱਕੀ ਤੇ ਬੈਠੂਗੀ ਹਮ ਉਦੋਂ ਫਿਰ ਸਾਰੇ ਰਿਸ਼ਤੇਦਾਰ ਉਹਨਾਂ ਦੇ ਘਰੇ ਪੀ ਕੇ ਆਟਾ ਦੇ ਕੇ ਆਉਂਦੇ ओके ਕਿਉਂਕਿ ਸਾਰੀਆਂ ਬੀਬੀਆਂ ਆਪ ਦੇ ਵਿਚਾਰੀਆਂ 2-2 ਕਿਲੋ ਕੋ 2 ਕਿਲੋ ਪੀਕੇ ਫੜਾਈ ਕੋ 1 ਕਿਲੋ ਪੀਕੇ ਫੜਾਈ ਵੀ ਚੱਲ ਉਹਨਾਂ ਦਾ ਬੇਲਾ ਕੇ ਰਸਾ ਰੇ ਜਦੋਂ ਉਹ ਭੋਗ ਪੈਂਦਾ ਸੀ ਭੋਗ ਤੋਂ ਬਾਅਦ ਜਿਹੜਾ ਰਸਣ ਦਿੰਦੇ ਸੀ ਉਹਦੀ ਵੀ ਵਜ੍ਹਾ ਇਹੀ ਹੁੰਦੀ ਸੀ ਵੀ ਤੁਹਾਨੂੰ ਰਾਹ 'ਚ ਤੁਸੀਂ ਤੁਰ ਕੇ ਜਾਣਾ ਬਹੁਤ ਲੰਮਾ ਪੈਂਡਿਆ ਤੇ ਜਾਣਾ ਹੋ ਸਕਦਾ ਤੁਹਾਨੂੰ ਰਾਹ 'ਚ ਰਾਤ ਵੀ ਪੈ ਸਕਦੀ ਹੈ ਹਨੇਰਾ ਵੀ ਹੋ ਸਕਦਾ ਵੀ ਤੁਹਾਡੇ ਕੋਲ ਉਹਨਾਂ ਕ ਰਾਸਣ ਤੱਕ ਔਟ-ਔਟ ਹੋਵੇ ਨਾ ਜਿਹੜਾ ਤੁਸੀਂ ਖਾ ਲਓ ਤੁਰ ਕੇ ਜਾਂਦੇ ਨੂੰ ਭੁੱਖ ਵੀ ਬੜੀ ਲੱਗਦੀ ਤੋ ਹੋਰ ਤਾਂ ਜਦੋਂ ਉਹਨਾਂ ਦੀਆਂ ਮਲਕੈਰਾਂ ਆਪਾਂ ਇਹ ਕਹਿ ਸਕਦੇ ਵੀ ਲੋੜਾਂ ਸੀਗੀਆਂ ਬਿਲਕੁਲ ਲੋੜਾਂ ਚੋਂ ਉਹਨਾਂ ਲੋੜਾਂ ਚੋਂ ਨਿਕਲੇ ਹੋਏ ਹੌਲੀ ਹੌਲੀ ਆਪਾਂ ਉਹਨਾਂ ਨੂੰ ਵਹਿਮ ਬਣਾਇਆ ਇੱਕ ਵੀ ਵਹਿਮ ਨਹੀਂ ਇਹ じゃ ਹੈ ਜਿਹੜਾ ਅਸੀਂ ਕੱਲਾ ਵਹਿਮ ਵਜੋਂ ਪੂਰਦੇ ਆ ਪੂਰਦੇ ਆ ਪਰ ਹੁਣ ਜ਼ਰੂਰ ਵਹਿਮ ਹੈ ਹਮ ਹੁਣ ਉਹਨੂੰ ਅਸੀਂ ਕਿਉਂਕਿ ਹੁਣ ਕੀ ਹੈ ਵੀ ਇਹਨਾਂ ਰਸਮਾਂ ਦੇ ਨਾਲ ਉਹਨਾਂ ਨੇ ਸਾਡੀ ਜੇਬ ਚੋਂ ਕੁਛ ਨਾ ਕੁਛ ਕੱਢਣਾ ਸ਼ੁਰੂ ਕਰ ਦਿੱਤਾ ਬਿਲਕੁਲ ਜਦੋਂ ਜੇਬ ਚੋਂ ਕੱਢ ਨਿਕਲਦਾ ਕੁਛ ਇਹਦਾ ਮਤਲਬ ਹੈ ਵੀ ਕੋਈ ਪਰਜੀਵੀ ਉਸ ਜੇਬ ਚੋਂ ਤੁਹਾਡੀ ਚੋਂ ਪਾਲ ਰਿਹਾ ਹ ਹ ਉਸ ਪਰਜੀਵੀ ਦੀ ਸੋਚ ਨੂੰ ਸਮਝੋ ਤੇ ਸਮਝ ਕੇ ਇਹਨਾਂ ਸਾਰੀਆਂ ਰਸਮਾਂ ਦਾ ਪਛੋਕੜ ਸਮਝ ਕੇ ਇਹਨਾਂ ਨੂੰ ਛੱਡੋ ਬਿਲਕੁਲ ਇਹ ਬੜਾ ਜ਼ਰੂਰੀ ਹੈ ਜੀ ਇਹ ਇਹ ਅਸੀਂ ਗੱਲਾਂ ਤਾਂ ਆਪ ਜੀ ਦੇ ਨਾਲ ਅੱਜ ਕੀਤੀਆਂ ਕਿਉਂਕਿ ਆਪਾਂ ਜਦੋਂ ਇਹਨਾਂ ਚੀਜ਼ਾਂ ਦੇ ਵਿੱਚ ਪੈ ਜਾਂਦੇ ਆਂ ਤੇ ਫਿਰ ਇਹਨਾਂ ਚੀਜ਼ਾਂ ਦੇ ਨਾਲ ਜੁੜੇ ਪਰਜੀਵੀ ਸ਼ਬਦ ਵਧੀਆਂ ਵਰਤੇ ਤੁਸੀਂ ਦੋਦਰ ਸਾਹਿਬ ਹਾਂਜੀ ਹਾਂਜੀ ਇਹਦਾ ਮਤਲਬ ਇਹ ਹੋ ਗਿਆ ਅਗਲੇ ਨੂੰ ਪਤਾ ਵੀ ਜੇ ਹਟ ਗਿਆ ਤੇ ਮੇਰੀ ਖਰਾਕ ਬੰਦ ਹੋ ਜੇਣੀ ਇਸ ਕਰਕੇ ਇਹ ਕਰਦਾ ਰਹੇ ਹਾਂਜੀ ਹਾਂਜੀ ਸੋ ਉਹ ਜਿਹੜੀਆਂ ਚੀਜ਼ਾਂ ਨੇ ਜਿਹੜੀਆਂ ਆਪਾਂ ਨੂੰ ਆਪਾਂ ਨਜਾਇਜ਼ ਉਹਨਾਂ ਚੀਜ਼ਾਂ ਦੇ ਵਿੱਚ ਫਸ ਕੇ ਆਪਣੀ ਲੋਟ ਕਰਾ ਲਈਨੇ ਉਸ ਚੀਜ਼ ਤੋਂ ਬਚਣ ਦੀ ਲੋੜ ਆ ਅਜਾ ਦੂਜੀ ਗੱਲ ਦੋਦਰ ਸਾਹਿਬ ਜੋਤਿਸ਼ ਨਾਲ ਰਿਲੇਟਡ ਵੀ ਬਹੁਤ ਸਾਰੀਆਂ ਚੀਜ਼ਾਂ ਦੇ ਉੱਪਰ ਸਰਚ ਕੀਤੀ ਐਂ ਤੁਸੀਂ ਦਾਵਾ ਵੀ ਕਰਦੇ ਹਾਂ ਵੀ ਯਾਰ ਜੇ ਕੋ ਕਹੇ ਕਿ ਵੀ ਮੈਂ ਕੁੰਡਲੀ ਦੇ ਹਿਸਾਬ ਨਾਲ ਸਾਰਾ ਕੁਝ ਦੱਸ ਦੂੰਗਾ ਵੀ ਭੂਇਕ ਕੀ ਐ ਤੇ ਆਪਾਂ ਉਹਨੂੰ ਇਨਾਮ ਹੀ ਦਿਆਂਗੇ ਉਹ ਵੀ ਲੱਖਾਂ ਰੁਪਈਆ ਦਾ ਇਨਾਮ ਤੁਹਾਡੀ ਸੋਸਾਇਟੀ ਨੇ ਰੱਖਿਆ ਹਾਂਜੀ ਹਾਂਜੀ ਜਿਹੜੇ ਜੋਤਿਸ਼ ਆ ਜਾਂ ਕੁੰਡਲੀ ਆ ਜਾਂ ਜੀ ਇਹ ਸੂਰਜ ਹੁਣ ਇੱਧਰ ਚੱਲ ਗਿਆ ਜੀ ਇਹ ਫਲਾਨਾ ਫਲਾਨੇ ਘਰ ਚੋਂ ਇੱਧਰ ਚੱਲ ਗਿਆ ਇਹ ਜੋ ਕੁਝ ਵੀ ਆਏ ਜੋਤਿਸ਼ ਵਾਕਿਆ ਹੀ ਕੋਈ ਵਿਦਿਆ ਹੈਗੀ ਆ ਜਾਂ ਫਿਰ ਉਹ ਵਿਦਿਆ ਸੀਗੀ ਤੇ ਉਹਨੂੰ ਵੀ ਆਪਾਂ ਜਦੋਂ ਉਹ ਗੱਲ ਤਾਂ ਕਿਦੋਂ ਹੋਰ ਸ਼ੁਰੂ ਹੁੰਦੀ ਆ ਤੇ ਬਣਾ ਕੁਝ ਹੋਰ ਲੈ ਜਾਂਦਾ ਬਿਲਕੁਲ ਇਹਦਾ ਵੀ ਪਛੋਕੜ ਉਸੇ ਤਰ੍ਹਾਂ ਸੰਧਾਂਵਾਲਗਾ ਸਾਹਿਬ ਬਹੁਤ ਨਰੂਆ ਹੂੰ ਨਰੂਆ ਪਛੋਕੜ ਕਿਵੇਂ ਆ ਵੀ ਸਾਡੇ ਪਿੰਡ ਦੀ ਇੱਕ ਇਕਾਈ ਹੁੰਦੀ ਸੀ ਹੂੰ ਉਸ ਪਿੰਡ ਦੇ ਵਿੱਚ ਜਿਹੜਾ ਫਸਲ ਬਾੜੀ ਦੇ ਨਾਲ ਜੁੜਿਆ ਹੋਇਆ ਉਹਨੂੰ ਅਸੀਂ ਕਿਸਾਨ ਕਹਿ ਦਿੰਦੇ ਸੀ ਜੀ ਜਿਹੜੇ ਉਹਦੇ ਨਾਲ ਜੁੜੇ ਹੋਏ ਦੂਜੇ ਵਰਗ ਸੀ ਕੱਪੜੇ ਸਿਉਣ ਵਾਲਾ ਵਰਗ ਹੋ ਗਿਆ ਜੋੜੇ ਸਿਉਣ ਵਾਲਾ ਵਰਗ ਹੋ ਗਿਆ ਕੁਝ आ, मतलब पंडित हो गया या दूसरे जिन्ने भी ਸਾਡੇ ਘਰ ਚ ਆਉਂਦੇ ਸੀ ਨਾਈ ਸਿੱਖ ਸੀ ਦੂਜੀ ਸੀ ਉਹਨਾਂ ਸਾਰਿਆਂ ਨੂੰ ਅਸੀਂ ਦਾਣੇ ਦਿੰਦਾ ਸੀ ਕਿਸਾਨ ਹੂੰ ਹੂੰ ਕਿਉਂਕਿ ਖਰਾਕ ਉਹਨਾਂ ਦੀ ਜਿਹੜਾ ਪਾਲਣ ਪੋਸ਼ਣ ਸੀ ਉਹ ਉਸ ਉਸ ਉਹਦੇ ਇਲਾਜ ਨਾ ਚੱਲਦਾ ਸੀ ਜੀ ਉਦੋਂ ਪੈਸੇ ਦਾ ਦੂਜਾ ਬੋਲਬਾਲਾ ਬਹੁਤ ਘੱਟ ਸੀ ਹੂੰ ਹੂੰ ਉਹੀ ਅਨਾਜ ਦੀ ਇੱਕ ਭਰੀ ਪੰਡਤ ਨੂੰ ਮਿਲਦੀ ਹੁੰਦੀ ਸੀ ਜੀ ਜਿਵੇਂ ਦੂਜੀਆਂ ਕੌਮਾਂ ਦਾ ਕੰਮ ਸੀਗਾ ਵੀ ਕਿਸੇ ਨੇ ਸਾਨੂੰ ਕੱਪੜੇ ਸਿਉ ਕੇ ਦੇਣੇ ਕਿਸੇ ਨੇ ਸਾਨੂੰ ਜੋੜੇ ਸਿਉ ਕੇ ਦੇਣੇ ਜਿਹੜਾ ਪਿੰਡ ਦਾ ਪੰਡਿਤ ਹੁੰਦਾ ਸੀ ਉਹ ਪੜਿਆ ਲਿਖਿਆ ਹੁੰਦਾ ਸੀ ਪੁਜਾਰੀ ਉਹਨੂੰ ਆਪਾਂ ਕਹਿ ਸਕਦੇ ਆ ਉਹ ਪੜਿਆ ਲਿਖਿਆ ਹੁੰਦਾ ਸੀ ਕਿਉਂਕਿ ਵਿੱਦਿਆ ਪੜਨ ਦਾ ਹੱਕ ਹੀ ਉਹਨਾਂ ਨੂੰ ਸੀ ਦੂਜਾਂ ਤਾਂ ਇਹਨਾਂ ਨੇ 5000 ਸਾਲ ਸਕੂਲ ਜੀ ਨਹੀਂ ਵੜਨ ਦਿੱਤਾ ਬਹੁਤ ਲੇਟ ਬੜਿਆ 1848 ਚ ਪਹਿਲਾ ਸਕੂਲ ਖਸੂਲਿਆ ਲਟਕੀਆਂ ਦਾ ਉਹ ਵੀ ਆਪਾਂ ਗੱਲ ਵਿੱਚ ਕਰਦੇ ਆਂਗੇ ਟਾਈਮ ਮਿਲਿਆ ਤਾਂ 1848 ਤੇ ਤਿੰਨ ਇਨਕਲਾਬਾਂ ਦੀ ਗੱਲ ਕਰਾਂਗੇ ਅੱਛਾ ਉਹ ਮਤਲਬ ਜਦੋਂ ਪੁਜਾਰੀ ਉਹਦਾ ਕੰਮ ਕੀ ਸੀ ਉਹਦਾ ਕੰਮ ਸੀ ਉਹ ਮੁੱਢਲਾ ਖਗੋਲ ਵਿਗਿਆਨੀ ਸੀ ਉਹਨੂੰ ਜਾਣਕਾਰੀ ਹੁੰਦੀ ਸੀ ਵੀ ਚੰਦ ਦੇ ਹਿਸਾਬ ਦੇ ਨਾਲ ਸਾਲ ਦੀ ਲੰਬਾਈ ਚੰਦ ਦੇ ਹਿਸਾਬ ਦੇ ਨਾਲ ਮਹੀਨੇ ਦੀ ਲੰਬਾਈ ਚੰਦ ਦੇ ਹਿਸਾਬ ਦੇ ਨਾਲ ਫਸਲਾਂ ਦੀ ਬਜਾਈ ਚੰਦ ਦੇ ਹਿਸਾਬ ਦੇ ਨਾਲ ਫਸਲਾਂ ਦੀ ਕਟਾਈ ਜੀ ਇਹ ਸਾਰਾ ਕੁਝ ਪੰਡਤ ਕੋਲੇ ਹੁੰਦਾ ਸੀ ਹਮਮ ਪਿੰਡ ਚ ਬੱਚਾ ਜੰਮਿਆ ਜੰਮਣ ਦਾ ਉਹਦਾ ਸਾਰਾ ਰਿਕਾਰਡ ਕਿਹੜੇ ਕਬੀਲੇ ਦਾ ਬੱਚਾ ਕਿਹੜੇ ਗੋਤ ਦਾ ਬੱਚਾ ਕਿੰਨੀ ਉਮਰ ਆਦੀ ਮਾਂ ਪਿਓ ਤਾਂ ਉਮਰ ਆਪਣੇ ਸੁਭਚਾਰਨ ਪਤਾ ਹੁੰਦੀ ਪੁੱਛ ਕਿਉਂਣਾ ਪੈਂਦਾ ਸੀ ਵਿਆਹ ਆ ਲ ਹੋ ਗਿਆ ਸਾਡਾ ਮੁੰਡਾ ਕਿ ਨਹੀਂ ਕਰ ਲਈਏ ਕਿ ਨਾ ਕਰ ਲਈਏ ਜੀ ਅੜਕ ਜਿਗੇ ਜੇ ਕਰ ਲਈਏ ਇਸੇ ਤਰ੍ਹਾਂ ਕੋ ਸਾਰਾ ਉਹਦੇ ਕੋਲੇ ਸਾਰਾ ਪਿੰਡ ਦਾ ਲੇਖਾ ਜੋਖਾ ਲਿਖਤ ਪੜਤਾਲ ਸਾਰਾ ਉਹਦੇ ਕੋਲੇ ਹੁੰਦਾ ਸੀ ਜੀ ਜੇ ਕੋਈ ਮੇਰੇ ਅਰਗਾ ਕੀ ਬੰਦਾ ਕਈ ਵਾਰੀ ਕਣਕ ਬੀਜਣੀਆਂ ਵੀ ਕਿਉਂਕਿ ਭਾਦੋਂ ਦੀਆਂ ਗਿੱਲਾਂ ਦੱਬੀਆਂ ਹੁੰਦੀਆਂ ਸੀ ਸਾਡੀਆਂ ਸਾਡੇ ਕੋਲੇ ਸੀਜ਼ਨ ਸੱਚਾਈ ਦਾ ਸਾਧਨ ਕੋਈ ਨਹੀਂ ਸੀ ਹੂੰ ਜਦੋਂ ਸੌਣ ਭਾਦੋ ਚ ਮੀਂਹ ਪੈਂਦੇ ਸੀ ਆਖਰੀ ਬਾਹ ਲਾ ਕੇ ਉਦੋਂ ਹੀ ਸੁਹਾਗਾ ਮਾਰ ਕੇ ਰੱਖ ਦਿੰਦੇ ਸੀ ਉਹ ਕੱਤੇ ਤੇ ਜਾ ਕੇ ਬੀਜਣੀ ਹੈ ਉਹ ਕਿੰਨੇ ਵਾਰਸ ਭਾਦੋਂ ਅਸੂ ਕਤਾ 2 ਮਿੰਟ 2.5 ਮਿੰਟ ਦਾ ਵਿਚਾਲੇ ਵਕਫਾ ਪੈਂਦਾ ਸੀ ਜੀ ਉਹ ਜਿਹੜਾ ਵਕਫਾ ਵਿਚਾਲੇ ਪੈਂਦਾ ਸੀ ਉਹ ਕਈ ਵਾਰੀ ਕੋਈ ਅਕਿਆਵਾ ਬੰਦਾ ਅਗਲਾ ਦਾ ਯਾਰ ਹੁਣ ਤਾਂ ਟਾਈਮ じゃ ਹੋ ਗਿਆ ਬੀਜਣ ਦਾ ਬੀਜ ਦਿੰਨੇ ਕਿਸੇ ਨੇ ਪਹਿਲਾਂ ਬੀਜਤੀ ਦੱਸ ਦੇਣ ਉਹ ਦਾ ਕਾਰਨਾ ਨਿਕਲਣਾ ਜੀ ਉਹਨੂੰ ਫਿਰ ਅਗਲੇ ਨੇ ਕਹਿਣਾ ਤੂੰ ਯਾਰ ਪੰਡਤ ਨੂੰ ਤਾਂ ਪੁੱਛਿਆ ਨਹੀਂ ਪਤਾ ਤੇਰਾ ਪੰਡਤ ਨੂੰ ਤਾਂ ਪੁੱਛਿਆ ਦਾ ਉਹਨੇ ਤੈਨੂੰ ਦੱਸਣਾ ਸੀ ਵੀ ਕਦੋਂ ਬੀਜਣੀ ਪੰਡਤ ਨੂੰ ਕੀ ਪਤਾ ਸੀ ਅੰਤ ਨੂੰ ਪਤਾ ਸੀ ਵੀ ਕਾਰਤਕ ਨਿਸ਼ਾਤਰ ਦੇ ਵਿੱਚ ਆ ਗਿਆ ਚੰਦ ਹੁਣ ਕੱਤਾ ਚੜ ਗਿਆ ਹੁਣ ਕਾਂਕ ਤੇ ਛੋਲੇ ਆ ਜਿਹੜੇ ਬੀਜੇ ਜਾ ਸਕਦੇ ਹੂੰ ਹੂੰ ਇਸੇ ਤਰ੍ਹਾਂ ਸਾਡਾ ਗੰਨਾ ਹੁਣ ਗੰਨਾ ਸਾਡੇ ਕਿਹੜਾ ਮੂੰਹ ਚ ਚਾਲੇ ਹੋਇਆ ਵੀ ਸਾਨੂੰ ਛੁਪਣਾ ਨਹੀਂ ਆਉਂਦਾ ਜਾਂ ਸਾਨੂੰ ਪਤਾ ਨਹੀਂ ਲੱਗਦਾ ਵੀ ਇਹਦੇ ਰਸ ਪੱਕ ਗਿਆ ਕਿ ਨਹੀਂ ਮੂੰਹ ਨੇ ਤਾਂ ਦੱਸਣਾ ਨਹੀਂ ਉਹ ਜੀ ਉਹ ਜਦੋਂ ਪੰਡਤ ਕੋਲੇ ਲੈ ਜਾਂਦਾ ਸੀ ਉਹ ਗੰਨਾ ਪੱਟ ਕੇ ਬੰਦੇ ਜੀ ਦੇਖੋ ਕਰਾ ਚੁੱਪ ਕੇ ਦੱਸੋ ਲਬਾਨਾ ਝੋਪਣ ਦਾ ਹੀ ਲਾਉਂਦਾ ਸੀ ਪਰ ਅੰਦਰ ਵਰਕੇ ਪਤਰੀ ਵੇਖਦਾ ਸੀ ਵੀ ਕਿਹੜੇ ਨਿਸ਼ੱਤਰ ਦੇ ਵਿੱਚ ਕਦੋਂ ਚਾਂਦਾ ਤੇ ਕਦੋਂ ਇਹ ਭੱਕਦਾ ਗੋੜ ਵੀ ਹੁਣ ਗੋੜ ਬਣ ਜੂਗਾ ਨਹੀਂ ਨਾ ਬਣਣਾ ਉਹ ਫਿਰ ਬਾਹਰ ਆ ਕੇ ਦੱਸ ਦਿੰਦਾ ਵੀ ਨਹੀਂ ਵੀ ਜੇ ਦੱਸ ਦੇ ਨਾ ਰੁਕ ਜਾ ਅਜੇ ਨਹੀਂ ਅਜੇ ਕੱਚਾ ਮਤਲਬ ਉਹਦੇ ਨਾਲ ਫਿਰ ਅਸੀਂ ਵੱਜਦੇ ਇੱਧਾ ਗਏ ਵੀ ਹਰੇਕ ਗੱਲ ਯਾਰ ਪੰਡਤ ਉਹੀ ਦੱਸਦਾ ਜਿਹੜੀ ਦੇਖ ਕੇ ਤਾਂ ਪਤਰੀ ਦੱਸਦਾ ਸੀ ਅਸੀਂ ਅਨਪੜ੍ਹ ਸੀ ਸਾਨੂੰ ਤਾਂ ਮਹੀਨਿਆਂ ਦੇ ਨਾਂ ਤੇ ਦਿਨਾਂ ਦੇ ਨਾਂ ਵੀ ਨਹੀਂ ਸੀ ਆਉਂਦੇ ਜੇ ਕਿਸੇ ਨੇ ਵਿਆਹ ਧਰ ਲਿਆ ਉਹਨੂੰ ਕਹਿਣਾ ਉਹਨਾਂ ਦੇਣਾ ਤੇ ਮੀ ਪਹਿਣਾ ਉਹਨੂੰ ਪਤਾ ਸੀ ਵੀ ਸੌਣ ਆ ਗਿਆ ਮੂਰੇ ਹੂੰ ਹਾੜ ਦੇ ਵਿਆਹ ਹੁੰਦੇ ਸੀ ਮਗਰ ਸੌਣ ਆ ਜਾਂਦਾ ਸੀ ਵੀ ਸੌਣ ਆ ਗਿਆ ਇਹ ਵਿਆਹ ਤੇ ਨੇ ਉਹਦੇ ਧਰ ਲਿਆ ਤੇ ਕੰਮ ਖਰਾਬ ਹੋ ਗਿਆ ਜੇ ਉਹਦੇ ਮੀ ਸੱਤੂਏ ਪਹਿਣ ਲੱਗਣ ਉਹ ਲਾਵੇ ਪਾਣ ਤੇ ਨਾ ਪਹਿਲਾਂ ਦੱਸਦਾ ਰੌਲਾ ਏ ਸੀ ਉਹਨਾਂ ਭੇਦਾਂ ਦਾ ਕੁਦਰਤ ਦੇ ਉਹਨਾਂ ਭੇਦਾਂ ਦਾ ਆਮ ਲੋਕਾਂ ਨੂੰ ਨਾਮ ਪਤਾ ਹੋਣ ਕਰਕੇ ਉਸ ਜੋਤਸ਼ੀ ਨੂੰ ਜਾਂ ਉਸ ਪੰਡਤ ਨੂੰ ਪਤਾ ਹੋਣ ਕਰਕੇ ਉਹਦੇ ਨਾਲ ਲੋਕ ਵੱਜਦੇ ਗਏ ਜਦੋਂ ਨੂੰ ਪਤਾ ਲੱਗਿਆ ਵੀ ਇਹ ਤਾਂ ਹਰੇਕ ਗੱਲ ਮੇਰੇ ਕੋਲੇ ਪੁੱਛਦੇ ਆ ਕੇ ਤੇ ਪੈਸੇ ਦਾ ਬੋਲਬਾਲਾ ਹੋ ਗਿਆ ਫਿਰ ਉਪਰਜੀਵੀ ਬਣ ਗਿਆ ਹੁਣ ਉਪਰਜੀਵੀ ਹੈ ਇਹ ਇਹ ਗੱਲਾਂ ਮੇਰਾ ਖਿਆਲ ਹੋ ਸਕਦਾ ਪੀ ਇਸ ਐਂਗਲ ਤੋਂ ਤੁਸੀਂ ਨਾ ਕਦੀ ਸੁਣੀਆਂ ਹੋਣ ਨਾ ਕਦੀ ਜਾਣੀਆਂ ਹੋਣ ਪਰ ਇੱਕ ਲੌਜਿਕ ਦੇਖੋ ਕਿ ਵੀ ਕਿਹੜੀ ਚੀਜ਼ ਕਿੱਥੋਂ ਸ਼ੁਰੂ ਹੁੰਦੀ ਹੈ ਤੇ ਉਹਨੂੰ ਹੌਲੀ ਹੌਲੀ ਕੀ ਰੂਪ ਦੇ ਲੈ ਜਾਂਦੀ ਹੈ ਕੀ ਰੂਪ ਦੇ ਲੈ ਹੁਣ ਜਿਹੜਾ ਅੱਜ ਕੱਲ ਆਪਾਂ ਦੇਖਦੇ ਆਂ ਅੱਜ ਕੱਲ ਅਸੀਂ ਤਾਂ ਖੈਰ ਉਸੇ ਚੀਜ਼ ਨੂੰ ਸ਼ੁਰੂ ਤੋਂ ਆਪਾਂ ਕਹਿੰਨੇ ਵੀ ਅਸੀਂ ਭਾਈ ਇਹੋ ਜਿਹਾ ਕੁਝ ਪ੍ਰਮੋਟ ਨਹੀਂ ਕਰਦੇ ਪਰ ਅੱਜ ਕੱਲ ਵੀ ਉਹ ਤਾਂ ਦਾ ਹੈ ਚੱਲਦਾ ਹੈ ਅਗਲਾ ਕਹਿੰਦਾ ਵੀ ਮੈਂ ਜੇ ਤੁਹਾਡਾ ਲਵ ਮੈਰਿਜ ਨਹੀਂ ਹੁੰਦੀ ਤਾਂ ਵੀ ਮੈਂ ਕਰ ਦੇਣਾ ਵਸ਼ੀਕਰਨ ਵੀ ਮੈਂ ਕਰ ਦੇਣਾ ਵੀਜ਼ਾ ਵੀ ਤੁਹਾਡਾ ਮੈਂ ਲਵਾ ਦੇਣਾ ਜੇ ਕੋਈ ਹੋਰ ਤੁਹਾਨੂੰ ਕੋਈ ਇੱਧਰ ਉੱਧਰ ਦੀ ਮੁਸ਼ਕਲ ਹੈ ਕੋਈ ਨੌਕਰੀ ਨਹੀਂ ਮਿਲਦੀ ਤਾਂ ਵੀ ਮੈਂ ਹਾਂਜੀ 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 ਉਹ ਜਿਹੜਾ ਸਾਰਾ ਕੁਝ ਹੈ ਫਿਰ ਉਹ ਕੀ ਚੀਜ਼ ਆ ਕਿਉਂਕਿ ਉਹ ਕਹਿੰਦੇ ਵੀ ਉਹਦੀ ਫਲਾਣੇ ਬੰਦੇ ਨੇ ਗਿਆ ਸੀ ਉਹਨੇ ਫਿਰ ਪਤਰੀ ਵੇਖੀ ਤੇ ਪਤਰੀ ਵੇਖ ਕੇ ਉਹਨੇ ਨਾਗ ਦਾਸਤਾ ਵੀ ਫਲਾਣਾ ਪਾਉ ਤੇ ਉਦੋਂ ਤੋਂ ਬਾਅਦ ਨਾ ਬਸ ਪੌਂ ਬਾਰਾਂ ਹੀ ਹੋ ਗਈਆਂ ਬਈ ਉਹਦੇ ਨਾਲ ਦਾ ਪੰਡਤ ਹੈ ਨਹੀਂ ਵੀ ਹਾਂਜੀ ਹਾਂਜੀ ਇਹ ਇਹ ਫਿਰ ਕਿਉਂਕਿ ਜਿਹੜੇ ਲੋਕਾਂ ਦਾ ਵਿਸ਼ਵਾਸ ਹੈ ਉਹ ਤਾਂ ਕਹਿੰਦੇ ਵੀ ਸਾਡੇ ਪੰਤ ਨਾਲ ਦਾ ਪੰਡਤ ਹੀ ਕੋਈ ਨਹੀਂ ਪੰਡਤ ਹੀ ਕੋਈ ਨਹੀਂ ਬਿਲਕੁਲ ਬਿਲਕੁਲ ਇਹ 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 ਤੁਹਾਡੇ ਮੁਤਾਬਕ ਉਹ ਚੀਜ਼ਾਂ ਵਹਿਮ ਨੇ ਤੇ ਫਿਰ ਕੋਈ ਚੀਜ਼ਾਂ ਦੀਆਂ ਕੁਝ ਬੰਦਿਆਂ ਦੇ ਨਾਲ ਉਹ ਚੀਜ਼ਾਂ ਜੁੜ ਕੇ ਤਾਂ ਜਾਂਦੀਆਂ ਸਿੱਧ ਕਿਦਾਂ ਹੋ ਜਾਂਦੀਆਂ ਪਹਿਲੀ ਗੱਲ ਤਾਂ ਇਹ ਹੈ ਵੀ 50% ਕਾਮਯਾਬੀ ਤਾਂ ਸਾਡੇ ਕੁਦਰਤ ਕੁਦਰਤ ਤੇ ਪਈ ਹੈ ਹਮ ਜਿਵੇਂ ਤੁਸੀਂ ਲਾ ਲਓ ਵੀ ਕਿਸੇ ਨੂੰ ਮੁੰਡਾ ਹੋਣ ਨੂੰ ਕਿਸੇ ਔਰਤ ਨੂੰ ਕਹਿ ਨਹੀਂ ਆਪਾਂ ਜਿੰਨੀਆਂ ਔਰਤਾਂ ਸਾਡੇ ਕੋਲੇ ਆਈਆਂ 50% ਤਾਂ ਹੋਣੀ ਹੀ ਹੋਣੀ ਹੈ ਹਮ ਸਾਡਾ ਵਹਿਮ ਭਰਮ ਇਹ ਕਹਿੰਦਾ ਵੀ ਜੇ ਸਾਡੇ ਕੁੜੀ ਹੋਗੀ ਨਾ ਅਸੀਂ ਆਪ ਦੇ ਵਿੱਚ ਤਾਂ ਗਲਤੀ ਕੱਢ ਲਾਂਗੇ ਕੋਈ ਵੀ ਜਾਂ ਤਾਂ ਸਾਡੇ ਹੱਥ ਨਹੀਂ ਸੀ ਧੋਤੇ ਜਦੋਂ ਸਾਨੂੰ ਪ੍ਰਸ਼ਾਦ ਦਿੱਤਾ ਜਾਂ ਜਿਹੜਾ ਕਿਲਾ ਕਢਾ ਕੇ ਗੱਡ ਕੇ ਆਏ ਉਹ ਕਿਲਾ ਨਹੀਂ ਸੀ ਸਹੀ ਜਾਂ ਮਤਲਬ ਜਿਹੜੇ ਸ਼੍ਰੀ ਉੱਥੇ ਬੰਨਣੇ ਸੀਗੇ ਜਾਂ ਕੋਸ਼ਾ ਵੀ ਸਾਡੇ 'ਚ ਗਲਤੀ ਸੀ ਕੋਈ ਉਹਦੇ 'ਚ ਕੋਈ ਗਲਤੀ ਨਹੀਂ ਸੀ ਕਿਉਂਕਿ ਸਾਨੂੰ ਸਿੱਖਿਆ ਹੀ ਇਹ ਦਿੱਤੀ ਗਈ ਹੈ ਵੀ ਇਹਦੇ 'ਚ ਇਹ ਦੱਸਣ ਵਾਲੇ 'ਚ ਕੋਈ ਗਲਤੀ ਨਹੀਂ ਗਈ ਗਲਤੀ ਤੁਹਾਡੇ 'ਚ ਹੀ ਹੋਊਗੀ ਜਦੋਂ ਵੀ ਹੋਊਗੀ ਹੂੰ ਜਿੱਥੋਂ ਤੱਕ ਇਹਦੇ ਸਾਡੇ ਨਾਲ ਜਨਮ ਕੁੰਡਲੀ ਦੇ ਤੌਰ ਤੇ ਜਾਂ ਸਾਰੇ ਕਾਸੇ ਦੇ ਤੌਰ ਤੇ ਜੁੜਨ ਦਾ ਸਵਾਲ ਹੈ ਜੀ ਇਹਨਾਂ ਨੇ 12 ਘਰਾਂ ਦੇ ਵਿੱਚ 12 ਰਾਸ਼ੀਆਂ ਦਾ ਇੱਕ ਪਰਿਵਾਰ ਬੈਠਾ ਹ ਹ ਘਰ ਹੁੰਦੇ ਆ ਪੱਕੇ ਜਿਵੇਂ ਆਪਣਾ ਬਿਲਡਿੰਗ ਆ ਪੱਕੀ ਆ ਇਹਦੇ ਚ ਕਿਰਾਏਦਾਰ ਬਦਲਦੇ ਰਹਿੰਦੇ ਆ ਕਿਤੇ ਕੋਈ ਆ ਗਿਆ ਕਿਤੇ ਕੋਈ ਆ ਗਿਆ ਰਾਸ਼ੀਆਂ ਕਿਰਾਏਦਾਰ ਆ ਹਮ ਘਰ ਪੱਕੇ ਆ ਜੀ ਉਹਨਾਂ ਘਰਾਂ ਦੇ ਵਿੱਚ ਰਾਸ਼ੀ ਦਾ ਤੇ ਘਰ ਦਾ ਸਬੰਧ ਉਸ ਬੰਦੇ ਦੇ ਨਾਲ ਆ ਜਿਹੜੇ ਬੰਦੇ ਦੀ ਉਹ ਜਨਮ ਕੁੰਡਲੀ ਬਣ ਰਹੀ ਆ ਹਮ ਜਨਮ ਕੁੰਡਲੀ ਦਾ ਟੋਟਲ ਹੀ ਜਿੰਨਾ ਇਹ ਲੇਖਾ ਜੋਖਾ ਲਾਉਂਦੇ ਸਾਰਾ ਹੀ ਗੱਲ ਦਾ ਜੀ ਕਿਉਂਕਿ ਜਨਮ ਕੁੰਡਲੀ ਵਾਸਤੇ ਤਿੰਨ ਚੀਜ਼ਾਂ ਹੁੰਦੀਆਂ ਜਨਮ ਸਮਾ ਸਥਾਨ ਤੇ ਮਿਤੀ ਤਿੰਨੇ ਗਲਤ ਜਨਮ ਸਮਾ ਇਹੋਂ ਗਲਤਾ ਵੀ ਇਹਨਾਂ ਦੀਆਂ 12 ਪદ્ધਤੀਆਂ ਵੈਸੇ ਜਿਹੜੇ ਨਾਲ ਜੋਤਿਸ਼ ਲਾਉਂਦੇ ਆ ਇਹ ਇੱਕ ਕ੍ਰਿਸ਼ਨਾ ਪદ્ધਤੀ ਹੈ ਇੱਕ ਐਨਸੀ ਲੈਰੀ ਦੀ ਪદ્ધਤੀ ਹੈ ਇੱਕ ਬੀਬੀ ਰਮਨ ਦੀ ਪદ્ધਤੀ ਆਮ ਕਰਕੇ ਤਿੰਨ ਵਰਤੀਆਂ ਜਾਂਦੀਆਂ ਇਹਨਾਂ ਤਿੰਨਾਂ 'ਚ 5 ਮਿੰਟ ਦਾ ਫਰਕ ਆ ਮੈਂ ਜੋਤਿਸ਼ੀ ਸਹਿਬਾਨ ਜੇ ਕੋਈ ਸੁਣਦਾ ਤਾਂ ਜੇ ਮੇਰੀ ਗੱਲ ਗਲਤ ਆ ਤਾਂ ਸਾਡਾ ਸਵਾ ਕਰੋੜ ਰੁਪਏ ਦਾ ਨਾਮ ਰੱਖਿਆ ਜਦੋਂ ਮਰਜ਼ੀ ਮੈਦਾਨ ਚ ਆਜੇ ਹੁਣ ਅਸੀਂ ਸਵਾ ਕਰੋੜ ਦੇ ਨਾਲ 50000 ਰੁਪਇਆ ਮਾਪਦੇ ਵੱਲੋਂ ਜਿਹੜੇ ਕਹਿੰਦੇ ਆ ਸਾਡਾ ਜੋਤਸੀ ਸੱਚਾ ਜਿਹੜਾ ਦਾਵਾ ਕਰਦੇ ਵੀ ਸਾਡੇ ਆਲਾ ਤਾਂ ਜਮਾਂ ਸੱਚ ਦੱਸ ਦਿੰਦਾ ਉਹ ਨੂੰ ਮੈਦਾਨ ਚੋ ਲਿਆਊਗਾ 50 ਉਹ ਨੂੰ ਵੀ ਦੇਵਾਂਗੇ ਜੇ ਉਹਦਾ ਜੋਤਸੀ ਜਿੱਤ ਜੇ ਅੱਛਾ 50 ਬਚੋਲੇ ਨੂੰ ਵੀ ਦੇਵਾਂਗੇ ਇਹ ਅਸੀਂ ਬਚੋਲੇ ਵਾਲੀ ਸ਼ਾਪ ਵੀ ਰੱਖੀ ਤੁਸੀਂ ਉਹ ਵੀ ਰੱਖੀ ਬਚੋਲੇ ਵਾਲੀ ਸ਼ਾਪ ਵੀ ਰੱਖੀ ਮਤਲਬ ਕੀ ਆ ਵੀ ਉਹ ਫਿਰ ਜਦੋਂ ਹੁਣ ਤੁਸੀਂ ਵੇਖੋ ਵੀ ਉਹ ਜਨਮ ਕੁੰਡਲੀ ਦੀ ਮੈਂ ਜਿਹੜੀ ਗੱਲ ਕਰਦਾ ਸੀ ਵੀ ਜਨਮ ਸਮਾ 5 ਮਿੰਟ ਦਾ ਇਹਨਾਂ ਚ ਫਰਕ ਇੱਕ ਕਹੂਗਾ ਕਾਲ ਸਰਪ ਜੋਗੀ ਆ ਦੂਜਾ ਕਹੂ ਨੋ ਇੱਕ ਕੋ ਗਮ ਗਲਿਕ ਜੋਗ ਆ ਦੂਜਾ ਕੋ ਗਾ ਨਹੀਂ ਕਿਉਂਕਿ ਇੱਕ ਸੈਕਿੰਡ ਦੇ ਨਾਲ ਹੀ ਜਨਮ ਕੁੰਢੀ ਦਾ ਤਾਂ ਫਰਕ ਪੈ ਜਾਂਦਾ ਇੱਕ ਸੈਕਿੰਡ ਦਾ ਤੇ ਕਿੱਥੇ ਨਾਲ ਚ 5 ਮਿੰਟ ਦਾ ਅੰਤਰ ਹੈ ਇਹ ਹੀ 5 ਮਿੰਟ ਦਾ ਅੰਤਰ ਇਹਨਾਂ ਦੀਆਂ ਤਿੰਨ ਪદ્ધਤੀਆਂ ਪੜਨ ਚ ਜਨਮ ਦਾ ਸਮਾਂ ਪੜਨ ਚ ਇੱਕ ਕਹਿੰਦੀ ਆ ਪદ્ધਤੀ ਵੀ ਜਨਮ ਦਾ ਸਮਾਂ ਉਦੋਂ ਨੋਟ ਕਰਨਾ ਜਦੋਂ ਮਾਂ ਦੇ ਸਰੀਰ ਚੋਂ ਬੱਚੇ ਦਾ ਅੰਗ ਬਾਹਰ ਆ ਗਿਆ ਹਮ ਦੂਜੀ ਪદ્ધਤੀ ਕਹਿੰਦੀ ਆ ਉਦੋਂ ਨੋਟ ਕਰਨਾ ਜਦੋਂ ਦਾ ਨਾੜੂਆ ਕੱਟਿਆ ਗਿਆ ਕਿਉਂਕਿ ਉਹਨਾਂ ਚੋਂ ਮਾਂ ਦਾ ਅੰਗ ਤੀਜੀ ਪદ્ધਤੀ ਕਹਿੰਦੀ ਆ ਵੀ ਜਦੋਂ ਉਹਦੀ ਚੀਕ ਨਿਕਲੀ ਆਵਾਜ਼ ਆਈ ਰੋਣ ਦੀ ਹੁਕਾ ਆ ਉਹਨੂੰ ਪਹਿਲਾਂ ਉਦੋਂ ਨੋਟ ਕਰਨੀ ਹੈ ਕਿਉਂਕਿ ਜਨ ਉਹਦੇ ਚ ਉਦੋਂ ਪਈ ਹੈ ਹੂੰ ਇਹ ਤਿੰਨਾਂ ਚ ਵੀ 5 ਮਿੰਟ ਦਾ ਫਰਕ ਹੈ ਫਿਰ ਅਸੀਂ ਕਿਵੇਂ ਕਹੀਏ ਵੀ ਜਿਹੜਾ ਇਹ ਕਹਿੰਦੇ 30 ਸੈਕਿੰਡ ਦਾ ਵੀ ਫਰਕ ਨਹੀਂ ਹੋਣਾ ਚਾਹੀਦਾ ਇਹਨਾਂ ਦੇ ਜਨ ਉਸ ਤੁਹਾਡੇ 5 5 ਮਿੰਟ ਦਾ ਫਰਕ ਤੁਹਾਡੀਆਂ ਪद्धਤੀਆਂ ਚ ਹੈ 5 ਮਿੰਟ ਦਾ ਫਰਕ ਤੁਹਾਡੇ ਜਨਮ ਦੇ ਸਮੇਂ ਚ ਆ ਪਹਿਲਾਂ ਇਹਨੂੰ ਠੀਕ ਕਰੋ ਦੂਜਾ ਹੂੰ ਡੇਟ ਰਾਤ ਨੂੰ 12 ਵਜੇ ਬਦਲਦੀ ਹੈ ਆਪਣੀ ਆਪਾਂ ਨੂੰ ਪਤਾ ਵੀ ਤਰੀਕ 12 ਵਜੇ ਬਦਲਦੀ ਹੈ ਪਰ ਜੋਤਸ਼ੀਆਂ ਦੀ 12 ਵਜੇ ਨਹੀਂ ਬਦਲਦੀ ਜੋਤਸ਼ੀਆਂ ਦੀ ਬਦਲਦੀ ਹੈ ਸਵੇਰੇ ਸੂਰਜ ਚੜ੍ਹਨ ਦੀ ਪਹਿਲੀ ਕਿਰਨ ਤੋਂ ਉੱਥੋਂ ਪੰਚਾਂਗ ਲਿਖਿਆ ਜਾਂਦਾ ਮਗਰਲੇ 4-5 ਘੰਟੇ ਹਾਲ ਤੱਕ ਇਹਨਾਂ ਨੂੰ ਥਾਂ ਨਹੀਂ ਥਿਆ ਕਿੱਥੇ ਪਾਈਏ ਤਾਂ ਇਹਨਾਂ ਦੀ ਜਨਮਰੀ ਬੱਤੀ ਹੋ ਜਾਂਦੀ ਕਿਤੇ ਕਿਤੇ ਕਿਉਂਕਿ ਮਗਰਲੇ 4-5 ਘੰਟੇ ਥਾਂ ਹੀ ਨਹੀਂ ਸੌਂਦਾ ਵੀ ਕਿੱਥੇ ਪਾਈਏ ਡੇਟ ਵੀ ਗਲਤ ਹੋ ਗਈ ਸਾਰੀ ਚੀਜ਼ ਗਲਤ ਹੋ ਗਈ ਨਾ ਉਧਰ ਜਨਮ ਵੀ ਹੁਣ ਸਥਾਨ ਦੀ ਗੱਲ ਆਪਾਂ ਕਰਦੇ ਹਾਂ ਬੱਚਾ ਜਦ ਮੈਂ ਪਾਕਿਸਤਾਨ ਚ ਪਾਕਿਸਤਾਨ ਚ ਜਹਾਜ਼ ਦੇ ਵਿੱਚ ਔਰਤ ਬੈਠ ਰਹੀ ਹੈ ਉਹਨੂੰ ਬੱਚਾ ਹੋਣ ਵਾਲਾ ਭਾਰਤ ਆਉਂਦੇ ਆਉਂਦੇ ਉਹਨੂੰ ਬੱਚਾ ਜਨਮ ਲੇਗਾ ਜਦੋਂ ਭਾਰਤ ਆਉਂਦੇ ਆਉਂਦੇ ਆ ਬੱਚਾ ਜਨਮਿਆ ਉਹ ਰਾਹ 'ਚ ਉਹਨੇ ਕਈ ਸਥਿਤੀਆਂ ਬਦਲੀਆਂ ਆਵਦੀਆਂ ਜਿਹੜੇ ਹਿਸਾਬ ਨਾਲ ਸਥਾਨ ਨੋਟ ਕਰਨ ਦੀ ਗੱਲ ਕਰਦੇ ਆਂ ਪਰ ਉਹ ਬੱਚਾ ਜਿਹੜਾ ਪੈਦਾ ਹੋਇਆ ਸਾਡਾ ਅੰਤਰਰਾਸ਼ਟਰੀ ਕਾਨੂੰਨ ਕੀ ਕਹਿੰਦਾ ਵੀ ਬੱਚੇ ਨੂੰ ਪੁੱਛਣਾ ਪਊਗਾ ਵੀ ਤੂੰ ਭਾਈ ਵਾਸੀ ਕਿੱਥੋਂ ਦਾ ਬਣਨਾ ਹੂੰ ਉਹ ਬੱਚਾ ਕਹਿੰਦਾ ਜੀ ਮੈਂ ਤਾਂ ਇੰਗਲੈਂਡ ਦਾ ਵਾਸੀ ਬਣਨਾ ਮੈਂ ਤਾਂ ਕੈਨੇਡਾ ਕੈਨੇਡਾ ਤੋਂ ਇੰਗਲੈਂਡ ਤਾਂ ਜਾਜ ਹੀ ਨਹੀਂ ਆਇਆ ਹੂੰ ਫਿਰ ਤੁਸੀਂ ਸਥਾਨ ਦੀ ਉਹਦੀ ਕਿਵੇਂ ਕਰੋਗੇ ਕੈਲਕੂਲੇਸ਼ਨ ਇਹੀ ਸਵਾਲ ਮੈਂ 3 ਤੇ 4 ਮਈ 2008 ਨੂੰ 2582 ਬੈਂਕਟ ਹਾਲ ਰਮਨ ਇੱਕ ਫਿਰੋਜ਼ਪੁਰ ਆ ਉਹਦੇ ਚ ਜੋਤਸ਼ੀਆਂ ਦੀ ਸਟੇਜ ਤੋਂ ਕੀਤੇ ਵੀ ਜਵਾਬ ਨਹੀਂ ਆਇਆ ਮੈਂ ਨਾ ਬੰਬੇ ਤੱਕ ਦੇ ਜੋਤਸ਼ੀ ਆਏ ਵੇ ਸਾਰੇ ਹਮਮ ਇੱਕ ਵੀ ਜਵਾਬ ਨਹੀਂ ਆਇਆ ਇਹੀ ਸਵਾਲ ਜਿਹੜੇ ਮੈਂ ਹੁਣ ਕਰ ਰਿਹਾ ਇੱਕ ਹੋਰ ਮੈਂ ਤੁਹਾਨੂੰ ਦੱਸਦਾ ਅਗਲਾ ਸਵਾਲ ਜਿਹੜਾ 8ਵੇਂ ਘਰ ਤੇ ਕਹਿੰਦੇ ਮੌਤ ਲਿਖੀ ਹੁੰਦੀ ਹਮਮ ਦੂਜੇ ਘਰ ਦੇ ਵਿੱਚ ਜੇ ਚੰਦਰਮਾ ਦੀ ਸਥਿਤੀ ਕਮਜ਼ੋਰ ਆ ਤਾਂ ਬੱਚੇ ਨੇ 1 ਸਾਲ ਦੇ ਹੁੰਦਿਆਂ ਹੁੰਦਿਆਂ ਮਰ ਜਾਣਾ ਜੋਤਿਸ਼ ਕਹਿੰਦਾ ਇੱਕ ਸਾਲ ਦੀ ਉਮਰ ਤੋਂ ਵੱਧ ਨਹੀਂ ਉਹ ਜਾ ਸਕਦਾ ਕਿਉਂ ਕਿ ਰਾਹੂ ਤੇ ਸ਼ਨੀ ਆ ਜਿਹੜੇ ਉਹ 8ਵੇਂ ਘਰ ਚ ਇਕੱਠੇ ਹੋਗੇ ਰਾਹੂ ਨੂੰ ਸ਼ਨੀ ਸ਼ਨੀ ਨੂੰ ਰਾਹੂ ਨੇ ਆ ਕੇ ਇਹਦੀ ਪਿਛਲੀ ਜ਼ਿੰਦਗੀ ਦਾ ਲੇਖਾ ਜੋਖਾ ਸੁਣਾਤਾ ਹਮਮ ਬੜਾ ਕੁੱਤਾ ਸੀ ਬੜਾ ਐ ਕਰਦਾ ਸੀ ਠੱਗੀਆਂ ਕਰਦਾ ਸੀ ਚੋਰੀਆਂ ਕਰਦਾ ਸੀ ਉਹ ਕੰਮ ਕਰਦਾ ਸੀ ਆਹ ਕੰਮ ਕਰਦਾ ਸੀ ਇਹ ਰਹਿਣ ਜੋਗ ਨਹੀਂ ਕਰ ਹਮਮ ਫਿਰ ਉਹ ਸ਼ਨੀ ਕਹਿੰਦਾ ਵੀ ਇਹਨੂੰ ਸਾਲ ਦੀ ਨੂੰ ਮਾਰ ਦਿਓ ਹੁਣ ਜੇ ਸੰਸਾਰ ਦਾ ਅੰਕੜਾ ਸਾਰਿਆਂ ਦੀ ਜੇਬ ਚ ਹੁਣੇ ਕੱਢ ਕੇ ਵੇਖ ਲੋ ਜੇਕਰ ਭਾਰਤ ਦੇ ਵਿੱਚ 1000 ਬੱਚਾ ਪੈਦਾ ਹੁੰਦਾ ਤਾਂ 1000 ਬੱਚੇ ਚੋਂ 1 ਸਾਲ ਦੇ ਹੁੰਦਿਆਂ ਹੁੰਦਾ 34.6 ਇੱਕ ਬੱਚੇ ਮਰਦੇ ਆ। ਹੂੰ। ਇਹੀ 1000 ਬੱਚਾ ਜੇ ਅੰਗੋਲਾ ਚ ਪੈਦਾ ਹੁੰਦਾ ਤਾਂ 144.44 ਬੱਚੇ ਮਰਦੇ ਆ 1 ਸਾਲ ਦੇ ਹੁੰਦਿਆਂ ਹੁੰਦਿਆ। ਇਹੀ ਜੇਕਰ 1000 ਬੱਚਾ ਸਿੰਗਾਪੁਰ ਚ ਪੈਦਾ ਹੁੰਦਾ ਤਾਂ 2.3 ਬੱਚੇ ਮਰਦੇ। ਹੂੰ। ਥੋੜੇ ਇਥੇ ਮਿਲਿੰਦੇਗਾ ਕੈਨੇਡਾ ਦਾ ਅੰਕੜਾ 3.4 ਦਾ। ਹੂੰ। ਜਦੋਂ ਕਿ ਸ਼ਨੀ ਤੇ ਰਾਹੂ ਅੰਗੋਲਾ ਚ ਵੀ ਉਹਨੇ ਵਾਰੀ ਇਕੱਠਾ ਹੋਇਆ ਭਾਰਤ ਚ ਵੀ ਉਹਨੇ ਵਾਰੀ ਇਕੱਠਾ ਹੋਇਆ ਤੇ ਇੰਗਲੈਂਡ ਕੈਨੇਡਾ ਚ ਵੀ ਉਹਨੇ ਵਾਰੀ ਇਕੱਠਾ ਹੋਇਆ ਇਹਦਾ जोडਿਆ ਹੋਇਆ ਮਕਸਦ ਤਾਂ ਉਸ ਸਿਹਤ ਸਿਸਟਮ ਦੇ ਪ੍ਰਬੰਧ ਦੇ ਨਾਲ ਆ ਹੂੰ ਸਮੇਂ ਨਹੀਂ ਆ ਸਰਕਾਰਾਂ ਦੇ ਨਾਲ ਆ ਵੀ ਤੁਹਾਨੂੰ ਕਿਹੋ ਜਿਹਾ ਸੰਭਾਲ ਦਿੰਦੀਆਂ ਕਿਹੋ ਜਿਹਾ ਸਾਡੇ ਇੱਥੋਂ ਦੇ ਬੱਚੇ ਦਾ ਵਜ਼ਨ 5 ਸਾਲ ਦੇ ਦਾ 25 30 ਕਿਲੋ ਹੋ ਜਾਂਦਾ ਤੇ ਸਾਡੇ ਭਾਰਤ ਦੇ ਜੰਮੇ ਦਾ 10 ਕਿਲੋ ਤੋਂ ਨਹੀਂ ਵੱਧਦਾ ਹੂੰ ਕਿਉਂਕਿ ਉੱਥੇ ਕਮਜ਼ੋਰ ਦੀ ਹਾਲਤਾਂ ਕਮਜ਼ੋਰੀ ਦੀਆਂ ਕਮਜ਼ੋਰ ਹਾਲਤਾਂ ਦੇ ਵਿੱਚ ਕਿਹੋ ਜਿਹੇ ਬੱਚੇ ਪੈਦਾ ਹੋਣਗੇ ਜਿਹੜੀ ਮਾਂ ਦਾ ਆਪ ਦਾ ਹੋਮੋਗਲੋਬਨ ਪੂਰਾ ਨਹੀਂ ਹੈ ਉਹ ਬੱਚਾ ਜੰਮ ਦਿੰਦੀ ਹੈ ਤੇ ਉਹਦਾ ਉਹਦਾ ਬੱਚਾ ਜੰਮਿਆ ਕਿਹੋ ਜਿਹਾ ਹੋਊਗਾ ਜਿਹਨੂੰ ਸਿਹਤ ਵਿਭਾਗ ਪੈਂਦਾ ਕਹਿੰਦਾ ਵੀ ਜੇ ਹੋਮੋਗਲੋਬਨ ਉਹਦਾ ਘੱਟ ਹੈ ਨਾ ਉਹ ਕੰਮ ਕਰਨ ਦੇ ਯੋਗ ਆ ਨਾ ਉਹ ਦੁੱਧ ਪਲਾਉਣ ਦੇ ਯੋਗ ਆ ਨਾ ਉਹ ਬੱਚਾ ਜੰਮਣ ਦੇ ਯੋਗ ਆ ਸਾਡੇ ਵਿਚਾਰੀਆਂ ਉਹ ਵੀ ਜੰਮੀ ਜਾਣਗੇ ਹੂੰ ਕਿਉਂਕਿ ਕੋ ਟੈਸਟ ਹੀ ਨਹੀਂ ਹੈ ਅਜਾ ਇਹਦਾ ਮਤਲਬ ਇਹ ਹੋ ਗਿਆ ਵੀ ਇਹ ਜੋ ਕੁਝ ਵੀ ਹੈਗਾ ਉਦੇ ਵਿੱਚ ਵੀ ਕਈ ਤਰ੍ਹਾਂ ਦਾ ਝੋਲਿਆ ਤੇ ਜਦੋਂ ਆਪਾਂ ਇਹ ਸਾਰੇ ਕੁਝ ਨੂੰ ਇਦਾਂ ਜੋੜ ਲੈਂਦੇ ਆਂ ਵੀ ਸਾਡਾ ਜੀ ਉਹ ਨੌਕਰੀ ਮਿਲ ਜੇ ਜੀ ਸਾਡਾ ਜੀ ਹੁਣ ਬਾਹਰ ਦਾ ਕੰਮ ਬਣ ਜੇ ਜੀ ਸਾਡਾ ਐ ਹੋ ਜੇ ਇਹ ਕਈ ਨਾ ਲੌਜੀਕ ਅਸੀਂ ਵੀ ਦਿੰਨੇ ਹੁੰਦੇ ਆਂ ਵੀ ਯਾਰ ਜੇ ਇੰਨਾ ਹੀ ਸਾਰਾ ਕੁਝ ਉਹਨੂੰ ਹੀ ਪਤਾ ਬੰਦੇ ਨੂੰ ਇਹ ਫਿਰ ਉਹ ਆਪਣਾ ਕੰਮ ਤੇ ਸਾਰਾ ਸੈੱਟ ਕਰ ਲਵੇ ਨਾ ਇਸੇ ਵੇਲੇ ਤੇ ਇਹ ਵੀ ਹੁੰਦਾ ਵੀ ਉਹ ਜੋਤਸ਼ੀ ਸਾਹਿਬ ਵੱਲ ਗਏ ਜੀ ਉਹ ਕਹਿੰਦੇ ਵੀ ਚੱਕਰ ਕੀ ਯਾਰ ਬਾਬਾ ਦੇ ਘਰੇ ਹੈ ਨਹੀਂ ਕਹਿੰਦੇ ਹੋਇਆ ਕਿ ਰਾਤ ਨੂੰ ਚੋਰੀ ਹੋ ਗਈ ਉਹਨਾਂ ਨੇ ਥਾਣੇ ਗਏ ਹੈ ਨਾ ਵੀ ਜੇ ਉਹਨੂੰ ਨਾ ਪਤਾ ਲੱਗਾ ਵੀ ਮੇਰੇ ਨਾਲ ਕੀ ਵਾਪਰਨਾ ਤੇ ਕਿਸੇ ਦਾ ਕੀ ਦੱਸੂਗਾ ਮੈਂ ਇੱਕ ਦਰਸ਼ਕਾਂ ਨੂੰ ਹੋਰ ਗੱਲ ਦੱਸ ਦਿਆਂ ਆਪਦੇ ਆਪ ਦੇ ਗੁਆਂਡ ਦੇ ਜੋਤਸ਼ੀਆਂ ਦਾ ਧਿਆਨ ਮਾਰ ਕੇ ਵੇਖ ਲਓ ਅੱਧਿਆਂ ਦੇ ਬੱਚਿਆਂ ਦੇ ਤਲਾਕ ਹੋਏ ਵਿਆ ਮੈਂ ਨਾ ਨਹੀਂ ਲੈਣਾ ਲੈਣਾ ਚਾਹੁੰਦਾ ਇੱਥੇ ਕਿਸੇ ਦਾ ਮੈਨੂੰ ਤਿੰਨਾਂ ਚਾਹੁੰਦਾ ਪਤਾ ਜਿਨ੍ਹਾਂ ਦੇ ਆਪਦੇ ਜੋਾਕਾਂ ਦੇ ਤਲਾਕ ਹੋਇਆ 36 ਗੋਣ ਮਿਲਾ ਕੇ ਵਿਆਹ ਕਰਾਇਆ ਸੀ ਤੁਸੀਂ ਆਪਦੇ ਗੁਆਂਡ ਵਾਲੇ ਜੋਤਸ਼ੀਆਂ ਨੂੰ ਵੇਖ ਲਓ ਤੁਹਾਡੇ ਜਿਹੜੇ ਜੋਤਸ਼ੀ ਤੁਹਾਡੇ ਭਰੋਸੇਮੰਦ ਆ ਉਹਨਾਂ ਦੇ ਆਪਦੇ ਜੋਾਕਾਂ ਦੇ ਕਿਉਂਕਿ ਤਲਾਕਦਾਰ ਬਹੁਤ ਵਧੀ ਵੀ ਆ ਹਾਂ ਉਹ 36 ਗੁਣਾ ਵਾਲਾ ਕੰਮ ਨਹੀਂ ਹੋਣਾ ਅੱਛਾ ਇੱਕ ਆਪਣੇ ਕੋਲ ਸਮਾਂ ਹੁਣ ਬੜਾ ਸੀਮਤ ਜਾ ਬਚ ਗਿਆ ਮੈਂ ਚਾਹੁੰਦਾ ਸੀ ਥੋੜੀ ਜੀ ਗੱਲ ਆਪਾਂ ਮਾਨਸਿਕ ਰੋਗਾਂ ਨਾਲ ਸੰਬੰਧਿਤ ਵੀ ਕਰ ਲਈਏ ਜ਼ਰੂਰ ਜੀ ਕਿ ਹੁਣ ਤਾਂ ਚਲੋ ਅਵੇਰਨੈਸ ਕਾਫੀ ਆ ਗਈ ਹੈ ਕੋਈ ਵੀ ਮੰਨ ਲਓ ਵੀ ਨਿੱਕੀ ਮੋਟੀ ਜੀ ਗੱਲ ਹੋਵੇ ਕੋਈ ਡਿਪਰੈਸ਼ਨ ਨਾਲ ਰਿਲੇਟਡ ਹੋ ਗਿਆ ਕੋਈ ਮਾਨਸਿਕ ਬਿਮਾਰੀ ਨਾਲ ਰਿਲੇਟਡ ਹੋ ਗਿਆ ਕੋਈ ਅੰਦਰੇ ਅੰਦਰ ਕੋ ਕੁੜਦਾ ਰਿਹਾ ਕਿਸੇ ਦੁੱਖ ਕਰਕੇ ਉਹ ਕੋਈ ਨਾ ਕੋਈ ਮਾਨਸਿਕ ਰੋਗ ਬਣ ਗਿਆ ਅਜੇ ਵੀ ਆਪਣੇ ਵਾਲੇ ਸਮਾਜ ਦੇ ਵਿੱਚ ਉਹਨੂੰ ਡਾਕਟਰ ਕੋਲ ਲਿਜਾਣ ਦਾ ਹੈ ਨਹੀਂ ਬਹੁਤਾ ਕਰਕੇ ਆਪਾਂ ਕੋਈ ਨਾ ਕੋਈ ਸਿਆਣਾ ਭੜਦਿਆਂ ਕੋਈ ਨਾ ਕੋਈ ਫਾਂਡੇ ਵਾਲਾ ਭੜਦਿਆਂ ਵੀ ਇਹ ਕੋਈ ਨਾ ਕੋਈ ਮੋਰ ਦੇ ਖਾਂਬੇ ਦੇ ਸਿਰ 'ਚ ਮਾਰੇ ਤੇ ਸੈੱਟ ਹੋ ਜਾਂਦਾ ਹਾਂਜੀ 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 ਉਹਦੇ ਬਾਰੇ ਕੋ ਤੁਹਾਡਾ ਤਜਰਬਾ ਜਾਂ ਤੁਸੀਂ ਕੋਈ ਗਾਈਡੈਂਸ ਦੇਣੀ ਚਾਹੋ ਅ ਅਸਲ 'ਚ ਮਾਨਸਿਕ ਰੋਗ ਨੂੰ ਅਸੀਂ ਰੋਗ ਹੀ ਨਹੀਂ ਸਮਝਿਆ ਹਮ ਜਦੋਂ ਕਿ ਜਿਵੇਂ ਦੂਜੀਆਂ ਬਿਮਾਰੀਆਂ ਸਾਡੀਆਂ ਸੈਰ ਦੁੱਖ ਦਾ ਢੱਡ ਦੁੱਖ ਦਾ ਜਾਂ ਦੂਜੀਆਂ ਬਿਮਾਰੀਆਂ ਇਹ ਵੀ ਇੱਕ ਰੋਗ ਆ ਹਮ ਇਸ ਰੋਗ ਦੀਆਂ ਆਉਣ ਦੀਆਂ ਬਹੁਤ ਸਾਰੀਆਂ ਵਜੂਆਤ ਆ ਮੈਂ ਸਿਰਫ ਇੱਕ ਆਧਾਰਨ ਦੇਵਾਂਗਾ ਇੱਥੇ ਵੀ ਮਾਨਸਿਕ ਰੋਗ ਬਣਦਾ ਕਿਵੇਂ ਹੈ ਤੇ ਮਾਨਸਿਕ ਰੋਗ ਮਾਰਨ ਦੀ ਹੱਦ ਤੱਕ ਕਿਵੇਂ ਲੈ ਜਾਂਦਾ ਹਮ ਇੱਕ ਦਰਬਾਰਾ ਸਿੰਘ ਸੀ ਬਰਨਾਲੇ ਦਾ ਆ ਉਥੋਂ ਦਾ ਜਲੰਧਰ ਦਾ ਜਿਹੜਾ ਬੱਚਿਆਂ ਨੂੰ ਚੱਕ ਕੇ ਮਾਰਦਾ ਹੁੰਦਾ ਸੀ ਤੁਸੀਂ ਵੀ ਮੇਰੀ ਨਿਗਾਹ ਚ ਖਬਰਾਂ ਪਿੱਛੇ ਦਿੰਦੇ ਰਹੇ ਜਦੋਂ ਦੀ ਮੌਤ ਹੋਈ ਹੈ ਜੇਲ੍ਹ ਚ ਹੁਣੇ ਮਰਿਆ ਹੋਇਆ ਮੇਲੇ ਕਾਲ ਖੋਇਆ ਮਸਾਂ ਉਹਨੂੰ ਲੈਣ ਵੀ ਨਹੀਂ ਗਿਆ ਕੋਈ ਉੱਥੇ ਉਹ ਬੰਦੇ ਨੂੰ ਜਿਹੜੀ ਪਹਿਲੇ ਉਹਨੇ ਮੇਰੀ ਨਿਗਾਹ ਚ 80 10 ਬੱਚੇ ਮਾਰਤੇ ਇੱਕ ਵਾਰੀ ਉਹ ਉਦੋਂ ਫੜਿਆ ਗਿਆ ਜਦੋਂ ਸਾਈਕਲ ਤੇ ਦੋ ਬੱਚਿਆਂ ਨੂੰ ਬਿਠਾਉਂਦਾ ਦੇਖ ਲਿਆ ਕੈਮਰੇ ਚ ਕੈਦ ਹੋ ਗਿਆ ਗਵਾਂਡਗਾ ਨੇ ਵੀ ਦੇਖ ਲਿਆ ਵੀ ਉਹੀ ਬਿਠਾ ਕੇ ਲਿਗਿਆ ਉਦੋਂ ਉਹ ਫੜਿਆ ਗਿਆ ਜਦੋਂ ਮੰਨਿਆਂ ਤੇ 10-12 ਬੱਚਿਆਂ ਦੇ ਮੌਤ ਦਾ ਕਾਰਨ ਬਣ ਗਿਆ ਉਹਨਾਂ ਨੇ ਕਾ ਕਰਮ ਕਰਦਾ ਸੀ ਮਾਰ ਕੇ ਉਹਨਾਂ ਨੂੰ ਦੱਬਿਆਉਂਦਾ ਸੀ ਜਾਂ ਨਹਿਰ ਨੂੰ ਟਸ ਸਿੱਟਿਆਉਂਦਾ ਸੀ ਜਦੋਂ ਪਤਾ ਕੀਤਾ ਉੱਥੇ ਡਾਕਟਰਾਂ ਨੇ ਜਦੋਂ ਜੇਲ੍ਹ ਚ ਕਿਉਂਕਿ ਉਹ ਕਾਉਂਸਲਿੰਗ ਕਰਦੇ ਆ ਫਿਰ ਕਾਉਂਸਲਿੰਗ ਕਰਕੇ ਪਤਾ ਕਰਦੇ ਵੀ ਯਾਰ ਬੰਦੇ ਨੇ ਜ਼ਮੀਨ ਨਹੀਂ ਕੋਈ ਦੱਬਣੀ ਲੈਣਾ ਨਹੀਂ ਦੇਣਾ ਵੀ ਕਾਰਨ ਕੀ ਆ ਕਈ ਸਿਆਣੇ ਡਾਕਟਰ ਹੁੰਦੇ ਆ ਵੀ ਯਾਰ ਆਪਾਂ ਕਾਰਨ ਨੂੰ ਪਰਚ ਜਦੋਂ ਉਹਦਾ ਕਾਰਨ ਪਰਚੋਲਿਆ ਗਿਆ ਉਹਦਾ ਕਾਰਨ ਅਸਲ ਚੇ ਸੀ ਵੀ ਉਹਨੂੰ ਜਿਹੜੀ ਪਹਿਲੀ ਸਜ਼ਾ ਹੋਈ ਸੀ ਨਾ ਉਹ ਇੱਕ ਬੱਚੇ ਦੀ ਗਵਾਹੀ ਤੋਂ ਹੋਈ ਸੀ ਹੂੰ ਉਹਨੇ ਕਤਲ ਨਹੀਂ ਸੀ ਕੀਤਾ ਜੀ ਬੱਚੇ ਦੀ ਗਵਾਹੀ ਕਰਕੇ ਉਹਨੂੰ 14 ਸਾਲ ਦੀ ਸਜ਼ਾ ਹੋ ਗਈ ਜਦੋਂ ਉਹਨੂੰ ਸਜ਼ਾ ਹੋ ਗਈ 14 ਸਾਲ ਦੀ ਉਹ ਅੰਦਰ ਬੈਠਾ ਆ ਹੀ ਸੋਤੀ ਗਿਆ ਵੀ ਯਾਰ ਜਵਾਕ ਇਹ ਪਤਾ ਨਹੀਂ ਕਿਹਦਾ ਕਿਹਦਾ ਕਿੰਨਾ ਕੁ ਨੁਕਸਾਨ ਕਰਦੇ ਹੋਣਗੇ ਉਹ ਉਹਦਾ ਮਾਨਸਿਕ ਰੋਗ ਹੀ ਹੋ ਕੇ ਬਾਹਰ ਨਿਕਲਿਆ ਹੂੰ ਉਹਦਾ ਉਹ ਮਾਨਸਿਕ ਰੋਗ ਠੀਕ ਹੋ ਸਕਦਾ ਸੀ ਜੇਕਰ ਉਹਦੀ ਕਾਉਂਸਲਿੰਗ ਜਿਹੜੇ ਡਾਕਟਰ ਨੇ ਕੀਤੀ ਸੀ ਉਹ ਹੋਰ ਕਰਕੇ ਉਸ ਰੋਗ ਨੂੰ ਉਹਦੇ ਚੋਂ ਕੱਢ ਦਿੰਦਾ ਹੂੰ ਉੱਥੇ ਉਹ ਟਪਲਾ ਖਾ ਗਿਆ ਉਹਨੇ ਲਗਾਤਾਰ ਉਹਨੂੰ ਕਾਉਂਸਲਿੰਗ ਨਹੀਂ ਦਿੱਤੀ ਉਹਨੂੰ ਲਗਾਤਾਰ ਕਾਉਂਸਲਿੰਗ ਦੇਣੀ ਪੰਦੀ ਸੀ ਹਾਂ ਹਾਂ ਉਹਦਾ ਪਤਾ ਕਰ ਲਿਆ ਵੀ ਲੋਕਸਾਹ ਪਰ ਉਸ ਨੌਕਸ ਨੂੰ ਹੱਲ ਕਰਨ ਵਾਲੀ ਉਹ ਡਾਕਟਰ ਨਹੀਂ ਗਿਆ ਭਾਲੇ ਜੇ ਉਹ ਕੀਤਾ ਜਾਂਦਾ ਤੇ ਕੀਤਾ ਜਾਂਦਾ ਉਹ ਬਿਲਕੁਲ ਨਾਰਮਲ ਠੀਕ ਹੋਨੇ ਬਾਹਰ ਨਿਕਲਣਾ ਸੀ ਭਾਲੇ ਜੇ ਹੁਣ ਵੀ ਮੰਨ ਲਓ ਕੋਈ ਪਰਿਵਾਰਾਂ ਦੇ ਵਿੱਚ ਇਹੋ ਜੀ ਮੁਸ਼ਕਿਲ ਆਵੇ ਕਿਸੇ ਵੇਲੇ ਕਹਿੰਦਾ ਵੀ ਯਾਰ ਹੋਣਾ ਜੀ ਮੁੰਡਾ ਚੁੱਪ ਚੁੱਪ ਰਹਿੰਦਾ ਯਾਰ ਇਹ ਆ ਸਾਡੇ ਘਰੇ ਪਤਾ ਨਹੀਂ ਕੀ ਗੱਲ ਹੋ ਗਈ ਚੰਗੀ ਪਲੀ ਪੜਦੀ ਹੀ ਕੁੜੀ ਤੇ ਹੋਣੇ ਅਜੀਬ ਜਿਹੀਆਂ ਗੱਲਾਂ ਕਰਨ ਲੱਗ ਪਈ ਦੀ ਅਲਟ-ਟਵਲ ਬੋਲਦੀ ਆ ਇਹ ਵੇਲੇ ਇਹ ਵੀ ਹੁੰਦਾ ਵੀ ਕਦੇ ਚਲੇ ਜਾਉ ਤੇ ਅਗਲਾ ਕਹਿੰਦਾ ਵੀ ਯਾਰ ਉਹ ਨਾ ਹੁਣ ਬਾਪੂ ਨੂੰ ਅੰਦਰ ਪਾਇਆ ਕਹਿੰਦਾ ਪਤਾ ਨਹੀਂ ਨਿਕਲੇ ਤੇ ਕਿਨੂੰ ਗਾਲਾਂ ਕੱਢਣ ਲੱਗ ਪਈ ਹਾਂਜੀ 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 ਇਹ ਵੀ ਇੱਕ ਮਾਨਸਿਕ ਰੋਗ ਹੁੰਦਾ ਪਰ ਉਹਦਾ ਇਲਾਜ ਦੁੱਝੇਗਾ ਤੇ ਵੀ ਇਹਨਾਂ ਦੀ ਚੰਗਾ ਪਲਾ ਸੀ ਇਹਨੂੰ ਕਈ ਵਾਰ ਆਖਿਆ ਵੀ ਫਲਾਣੇ ਪੇਪੜ ਥਲੇ ਦੇ ਨਾਂ ਲੰਗੀ ਇਹ ਲੰਘ ਆਇਆ ਹਾਂਜੀ ਹਾਂਜੀ ਉਹਨੂੰ ਏਦਾਂ ਜੋੜ ਲੈਂਦੇ ਮੁੜ ਕੇ ਅਸਲ ਚ ਕੀ ਆ ਮੈਂ ਇੱਕ ਦਰਸ਼ਕਾਂ ਨੂੰ ਸੰਬੋਧਨ ਹੋ ਕੇ ਹੋਰ ਗੱਲ ਕਹਾ ਵੀ ਜਿਹੜੇ ਸਾਡੇ ਬਜ਼ੁਰਗ ਆਮ ਕਰਕੇ 80 ਤੋਂ ਵੱਧ ਹੋ ਜਾਂਦੇ ਨੇ ਉਮਰ ਦੇ ਘੁੰਮੰਜੇ ਤੇ ਬੈਠੇ ਰਹਿੰਦੇ ਆ ਇਹ ਕੋਨਾ ਚ ਆਮ ਕਰਕੇ ਗੁੱਸਾ ਤੇ ਕਈ ਕਿਸਮ ਦੇ ਵਹਿਮ ਭਰਮ ਉਹਨਾਂ ਚ ਆਉਂਦੇ ਆ ਉਹ ਗਾਲਾਂ ਵੀ ਕੱਢਣ ਲੱਗ ਜਾਂਦੇ ਆ ਕਈ ਵਾਰੀ ਕੋਈ ਚੀਜ਼ ਖਾਦੇ ਖੋਣ ਦਾ ਵਹਿਮ ਕਰਨ ਲੱਗ ਜਾਂਦੇ ਮੈਨੂੰ ਤੁਸੀਂ ਮਾਰਨ ਨੂੰ ਫਿਰਦੇ ਆ ਮੈਨੂੰ ਤੁਸੀਂ ਐ ਕਰਨ ਨੂੰ ਫਿਰਦੇ ਆ ਜਦੋਂ ਵੀ ਇਹੋ ਜਿਹਾ ਕੋਈ ਬਜ਼ੁਰਗ ਵਹਿਮ ਕਰਦਾ ਲੋੜ ਨਹੀਂ ਕਿ ਬਜ਼ੁਰਗ ਨੂੰ ਡਾਕਟਰ ਕੋਲੇ ਲੈ ਜਾਣ ਦੀ ਬਿਲਕੁਲ ਨਹੀਂ ਲੋੜ ਕਈ ਵਾਰੀ ਹੁੰਦਾ ਵੀ ਬਜ਼ੁਰਗ ਦਵਾਈ ਖਾਂਦਾ ਹੀ ਨਹੀਂ ਸਾਡੇ ਘਰ ਦੇ ਇੰਦੇ ਉਹਨੂੰ ਵਹਿ ਨਹੀਂ ਇੰਨਾ ਹੋ ਜਾਂਦਾ ਉਹਨੂੰ ਲੋੜ ਨਹੀਂ ਕਿ ਲਈ ਜਾਣ ਦੀ ਤੁਸੀਂ ਮਾਨਸਿਕ ਰੋਗਾਂ ਦੇ ਮਾਹਰ ਡਾਕਟਰ ਕੋਲ ਜਾਓ ਉਹਨੂੰ ਲੱਛਣ ਦੱਸਣੇ ਸਾਰੇ ਬਈ ਆਹ ਲੱਛਣ ਹੈ ਜੀ ਸਾਡਾ ਬਜ਼ੁਰਗ ਐ ਕਰਦਾ ਉਹ ਤੁਹਾਨੂੰ ਇੱਕ ਤੌਕਾ ਲੀਕੜ ਦਵਾਈ ਦਊਗਾ ਪਾਣੀ ਵਰਗੀ ਪੱਥਰੀ ਉਹਨੂੰ ਤੁਸੀਂ ਲੱਸੀ ਚ ਪਾ ਦਿਓ ਦਹੀਂ ਚ ਪਾ ਦਿਓ ਪੰਜਾਂ ਦਿਨਾਂ ਚ ਇਤਜ਼ਾਰਾ ਵੇਖ ਲਿਓ ਛੇਵੇਂ ਦਿਨ ਦੀ ਲੋਟ ਹੂੰ ਕਿਉਂਕਿ ਜਿਹੜੇ ਮਾਨਸਿਕ ਰੋਗ ਹਨ ਉਂਗਲਾਂ ਤੇ ਗਿਣਨ ਜਾਣ ਯੋਗ ਗਿਆ ਥੋੜੇ ਆ ਬਿਲਕੁਲ ਉਹ ਥੋੜੇ ਰੋਗਾਂ ਦਾ ਪੂਰਨ ਇਲਾਜ ਐ ਇਸ ਵੇਲੇ ਹੈਗਾ ਮਤਲਬ ਕੋਈ ਇਹੋ ਜੀ ਗੱਲ ਨਹੀਂ ਪਿਤਾ ਪਰਖ ਹੀ ਨਾ ਹੋਵੇ ਹੂੰ ਕਈ ਵਾਰੀ ਪਿਤਾ ਪਰਖ ਹੀ ਹੁੰਦਾ ਬਈ ਉਹ ਗਪੂੜੀਆਂ ਚ ਤਰਿਆ ਆਉਂਦਾ ਹੁੰਦਾ ਕਈ ਵਾਰੀ ਨੋਕ ਕੋਈ ਮਾੜਾ ਜਿਹਾ ਰੋਗ ਉਹਦਾ ਥੋੜਾ ਜਿਹਾ ਘੱਟ ਠੀਕ ਹੁੰਦਾ ਜਿਹੜੇ ਆਮ ਹੁੰਦੇ ਆ ਉਹ ਸਾਰੇ ਠੀਕ ਜਦੋਂ ਬੱਚੇ ਦਾ ਵਿਆਹ ਹੁੰਦਾ ਵਿਆਹ ਦੇ ਪਹਿਲੇ ਤਿੰਨਕ ਸਾਲ ਸਾਡੇ ਕੋਲ ਕੇਸ ਬਹੁਤ ਆਉਂਦੇ ਬਹੁਤ ਖਤਰਨਾਕ ਹੁੰਦੇ ਆ ਉਹ ਤਿੰਨ ਸਾਲਾਂ ਦੇ ਵਿੱਚ ਥੋੜਾ ਬੱਚਾ ਚੁੱਪ ਚੁੱਪ ਰਹਿੰਦਾ ਜਾਂ ਤੁਹਾਡੀ ਕੁੜੀ ਨੂੰ ਚੁੱਪ ਚੁੱਪ ਰਹਿੰਦੀ ਆ ਉਹਦਾ ਵੀ ਪਰਜੀਵੀਆਂ ਤੋਂ ਜੇਬਾਂ ਨਾ ਪੜਵਾਓ ਮੈਂ ਫੇਰ ਦਰਸ਼ਕਾਂ ਨੂੰ ਕਹਿਣਾ ਅਸੀਂ ਇੱਕ ਪੈਸਾ ਵੀ ਨਹੀਂ ਲੈਂਦੇ ਸਾਡਾ ਸਾਰੇ ਪੰਜਾਬ ਦੇ ਵਿੱਚ ਬਰਗਾੜੀ ਸ਼ਨੀਵਾਰ ਸੈਂਟਰ ਚੱਲਦਾ ਜਿਹੜਾ ਮਾਨਸਿਕ ਰੋਗ ਸਲਾਹਕਾਰ ਕੇਂਦਰ ਆ ਉੱਥੇ ਮੁਫਤ ਸਲਾਹ ਦਿੱਤੀ ਜਾਂਦੀ ਆ ਮੁਫਤ ਇਲਾਜ ਕੀਤਾ ਜਾਂਦਾ ਚਾਹ ਪਾਣੀ ਤੁਹਾਨੂੰ ਮੁਫਤ ਪਿਆਇਆ ਜਾਂਦਾ ਉੱਥੇ ਜਾ ਕੇ ਇਲਾਜ ਕਰਵਾਓ ਹੂੰ ਕਿਸੇ ਕਿਸਮ ਦਾ ਤੁਹਾਡੇ ਕੋਲ ਜੇਬ ਨਹੀਂ ਤੁਹਾਡੀ ਪਾੜੀ ਜਾਂਦੀ ਜਿਹੜੇ ਤੁਹਾਡੇ ਪਰਜੀਵੀ ਤੁਹਾਨੂੰ ਚੁੰਬੜੇ ਹੋਏ ਆ ਇਹ ਥੋੜਾ ਵਹਿਮ ਵਧਾਉਣਗੇ ਕਿਉਂਕਿ ਇਹਨਾਂ ਨੇ ਤੁਹਾਡੀ ਜੇਬ ਚੋਂ ਵਧਾ ਕੇ ਪੈਸੇ ਕੱਢਣੇ ਆ ਘਟਾਉਣਗੇ ਬੇਰਗੋਸਰ ਅਦਰ ਸਾਉ ਤੁਸੀਂ ਸਮਾਂ ਕੱਢਿਆ ਤੇ ਇੰਨਾ ਸਾਰਾ ਕੁਝ ਜਿਹੜਾ ਉਹ ਤੁਸੀਂ ਕਲੀਅਰ ਕਲੀਅਰ ਕੀਤਾ ਉਹਦੀ ਬੜਾ ਧੰਨਵਾਦ ਬਹੁਤ ਧੰਨਵਾਦ ਜੀ ਤੁਹਾਡਾ ਵੀ ਤੇ ਸਾਰੇ ਦਰਸ਼ਕਾਂ ਦਾ ਵੀ ਬਹੁਤ ਜਿਹੜਾ ਸਰਹਦਾਂ ਟਪਾਤੀਆਂ ਤੁਹਾਡੀ ਆਵਾਜ਼ ਨੇ ਮੇਰੇ ਮਜਰਬਾਂ ਦੇਤੀਆਂ ਬਹੁਤ ਧੰਨਵਾਦ ਲਓ ਜੀ ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇਥੇ ਸਮਾਪਤ ਕਰਦੇ ਆ ਤੁਸੀਂ ਆਪਣੀ ਫੀਡਬੈਕ ਜਰੂਰ ਭੇਜਦੇ ਰਿਹਾ ਕਰੋ ਉਹ ਲਈ ਬਸੀਂ ਬੜੇ ਧੰਨਵਾਦੀ ਆ ਦੇਖਤ ਰਹਿਣਾ ਪ੍ਰਾਈਮੇਰੀ ਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ